ਸਰਦਾਰੀ ਟੀਵੀ ਪ੍ਰੋਗਰਾਮ ਦੇਖਣ ਜਾ ਰਹੇ ਸਾਰੇ ਦਰਸ਼ਕਾਂ ਨੂੰ ਰਾਣਾ ਸਿੱਧੂ ਵੱਲੋਂ ਸਤਿ ਸ੍ਰੀ ਅਕਾਲ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫੇਰ ਨਿੱਘਾ ਸਵਾਗਤ। ਪਿਛਲੇ ਹਫਤੇ ਦੀਆਂ ਗੱਪਾਂ ਸੁਣਨ ਤੋਂ ਬਾਅਦ ਅੱਜ ਤੱਕ ਵੀ ਤੁਹਾਡੇ ਫੋਨ ਆ ਰਹੇ ਨੇ, ਸੋ ਸਾਨੂੰ ਜ਼ਰੂਰ ਇਸ ਤੇ ਵਿਸ਼ਲੇਸ਼ਣ ਕਰਨ ਦੀ ਜ਼ਰੂਰਤ ਕਿ ਅਸੀਂ ਕਿਹਨਾਂ ਨੂੰ ਇੰਨੇ ਡਾਲਰ ਇੰਨੇ ਪੌਂਡ ਝੋਲੇ ਭਰ ਭਰ ਕੇ ਰੁਪਈਆਂ ਦੇ ਰਹੇ ਹਾਂ। ਔਰ ਸੁਣਨ ਦੇ ਵਿੱਚ ਇਹ ਆਇਆ ਕਿ ਐਬਸਫੋਰਡ ਦੇ ਵਿੱਚ ਕੋਈ ਇੱਕ ਜਗ੍ਹਾ ਜਿਹੜੀ ਆ ਉਹ ਵਿਸ਼ੇਸ਼ ਤੌਰ ਦੇ ਉੱਪਰ, ਕਿਉਂਕਿ ਹੁਣ ਇਹਨਾਂ ਨੂੰ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਸੰਗਤ ਜਿਹੜੀ ਆ ਬਹੁਤ ਘੱਟ ਵੜਨ ਦਿੰਦੀ ਆ, ਤੇ ਹੁਣ ਇਹਨਾਂ ਵੱਲੋਂ ਆਪਣੇ ਡੇਰੇ ਜਿਹੜੇ ਆ ਉਹ ਇਹਨਾਂ ਮੁਲਕਾਂ ਦੇ ਵਿੱਚ ਬਣਾਏ ਜਾ ਰਹੇ ਨੇ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ 'ਤੇ ਆਪਾਂ ਹੋਰ ਵੀ ਗੱਲਬਾਤ ਕਰਾਂਗੇ। ਔਰ ਐਬਸਫੋਰਡ ਤੋਂ ਕਾਫੀ ਜ਼ਿਆਦਾ ਫੋਨ ਆਏ ਨੇ ਕਿ ਉੱਥੇ ਇਹਨਾਂ ਵੱਲੋਂ ਇੱਕ ਆਪਣੀ ਮਲਕੀਅਤ ਦਾ ਕੋਈ ਡੇਰਾ ਤਿਆਰ ਕੀਤਾ ਜਾ ਰਿਹਾ, ਔਰ ਅਕੋਰਡਿੰਗ ਟੂ ਕੈਨੇਡੀਅਨ ਲਾਅ ਆਪਾਂ ਨੂੰ ਜ਼ਰੂਰ ਇਸ ਚੀਜ਼ ਦਾ ਵਿਰੋਧ ਕਰਨਾ ਬਣਦਾ ਵੀ ਹੈ। ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹੋ ਜਿਹੇ ਗਪੌੜੀਆਂ ਦੇ ਜਿਹੜੇ ਪਾਜ ਆ ਉਹ ਹਮੇਸ਼ਾ ਉਗੇੜਦੇ ਰਹਾਂਗੇ। ਭਾਈ ਪੰਥਪ੍ਰੀਤ ਸਿੰਘ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਕੈਨੇਡਾ ਦੇ ਫੇਰੀ 'ਤੇ ਵੀ ਹੋਣਗੇ, ਐਡਮਿੰਟਨ ਦੇ ਵਿੱਚ ਵੀ ਉਹਨਾਂ ਆਉਣਾ ਆ, ਅਤੇ BC ਦੇ ਵੀ ਵੱਖ ਵੱਖ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਉਹਨਾਂ ਨੇ ਪ੍ਰਚਾਰ ਕਰਨ ਵਾਸਤੇ ਆਉਣਾ ਹੈ। ਓਨਟੈਰੀਓ ਖਾਲਸਾ ਦਰਬਾਰ ਡਿਕਸੀ ਰੋਡ ਗੁਰਦੁਆਰਾ ਸਾਹਿਬ ਤੋਂ ਜਸਜੀਤ ਸਿੰਘ ਭੁੱਲਰ ਹੋਰਾਂ ਨੇ ਸਾਨੂੰ ਇਹ ਸੂਚਨਾ ਦਿੱਤੀ ਹੈ ਕਿ ਉਹ ਓਨਟੈਰੀਓ ਖਾਲਸਾ ਦਰਬਾਰ ਡਿਕਸੀ ਰੋਡ ਗੁਰਦੁਆਰਾ ਸਾਹਿਬ ਵਿਖੇ ਆਉਣਗੇ। ਇਸ ਤੋਂ ਇਲਾਵਾ BC ਤੋਂ ਵੀ ਫੋਨ ਆਏ ਸਨ, ਸੋ ਜਿੱਦਾਂ ਜਿੱਦਾਂ ਵੀ ਉਹਨਾਂ ਦਾ ਸ਼ਡਿਊਲ ਹੋਇਆ ਅਸੀਂ ਜ਼ਰੂਰ ਤੁਹਾਡੇ ਨਾਲ ਪ੍ਰੋਗਰਾਮ ਸਾਂਝੇ ਕਰਾਂਗੇ, ਉਹੋ ਜਿਹੇ ਪ੍ਰਚਾਰਕਾਂ ਨੂੰ ਜ਼ਰੂਰ ਸੁਣਨ ਜਾਇਓ। ਸੋ ਨਾਲ ਦੀ ਨਾਲ ਭਾਈ ਹਰਜਿੰਦਰ ਸਿੰਘ ਜੀ ਸਭਰਾ ਜਿਹੜੇ ਕਿ 5 ਅਗਸਤ ਤੱਕ ਐਡਮਿੰਟਨ ਗੁਰਦੁਆਰਾ ਸਾਹਿਬ ਦੇ ਵਿੱਚ ਕਥਾ ਕੀਰਤਨ ਪ੍ਰਚਾਰ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ, ਔਰ ਉਸ ਤੋਂ ਬਾਅਦ ਉਹਨਾਂ ਨੇ ਫਿਰ ਟੋਰਾਂਟੋ ਆਉਣਾ, ਟੋਰਾਂਟੋ ਤੋਂ ਬਾਅਦ ਫਿਰ ਉਹਨਾਂ ਨੇ ਵੈਨਕੂਵਰ ਜਾਣਾ। ਸੋ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਦਾ ਸ਼ਡਿਊਲ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ, ਪਰ ਜਿਹੜੀ ਐਡਮਿੰਟਨ ਵਾਲੀ ਸੰਗਤ ਆ ਉਹ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਕੇ ਹਰਜਿੰਦਰ ਸਿੰਘ ਸਭਰਾ ਹੋਰਾਂ ਦੇ ਨਾਲ ਗੱਲਬਾਤ ਵੀ ਕਰ ਸਕਦੇ ਨੇ, ਅਤੇ ਉਹਨਾਂ ਦੇ ਵਿਚਾਰ ਜਿਹੜੇ ਨੇ ਉਹ ਵੀ ਸੁਣ ਸਕਦੇ ਨੇ। ਕੁਝ ਇੱਕ ਹੋਰ ਸੂਚਨਾਵਾਂ ਵੀ ਸਾਂਝੀਆਂ ਕਰ ਦਈਏ ਕਿ ਤੀਆਂ ਦਾ ਮੇਲਾ ਜਿਹੜਾ ਆ ਉਹ ਕੈਲਗਰੀ ਦੇ ਵਿੱਚ ਅੱਜ ਹੋਣ ਜਾ ਰਿਹਾ, ਸੋ ਇਹ 6 ਵਜੇ ਤੀਆਂ ਦਾ ਮੇਲਾ ਜਿਹੜਾ ਉਹ ਸ਼ੁਰੂ ਹੋਣਾ ਜੀ, ਜਿਹੜਾ ਕਿ ਮੌਂਟੈਰੀ ਪਾਰਕ ਕਮਿਊਨਿਟੀ ਹਾਲ ਦੇ ਵਿੱਚ ਇਹ ਹੋਣਾ, ਜਿਹੜਾ ਕਿ 2707 ਕੈਟਲੀਨਾ ਬੁਲੇਵਾਰਡ 'ਤੇ ਸਥਿਤ ਹੈ। ਸੋ ਇਹਦੇ ਸੰਬੰਧੀ ਕੋਈ ਤੁਹਾਨੂੰ ਹੋਰ ਜਾਣਕਾਰੀ ਲੋੜੀਂਦੀ ਆ ਤਾਂ ਤੁਸੀਂ ਰਾਜ ਬਰਾੜ ਹੋਰਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਔਰ ਅੱਜ ਹੀ ਆਪਣੇ ਇਸ ਸ਼ੋਅ ਤੋਂ ਤੁਰੰਤ ਬਾਅਦ ਤੁਸੀਂ ਪਹੁੰਚਣਾ ਹਰਸ਼ੀ ਸੈਂਟਰ ਦੇ ਵਿੱਚ, ਔਰ ਜਿੱਥੇ ਇੱਕ ਬਹੁਤ ਹੀ ਵਧੀਆ ਨਾਟਕ ਇਹਨਾਂ ਹੀ ਦੰਭੀ ਸਾਧਾਂ ਸੰਤਾਂ ਦੇ ਜਿਹੜੇ ਪਾਜ ਉਘੇੜਦਾ ਹੋਇਆ ਬੇਬੇ ਨੀ ਮੈਂ ਸੰਤ ਬਣ ਗਿਆ, ਇਹ ਡਰਾਮਾ ਅੱਜ ਟੋਰਾਂਟੋ ਦੇ ਵਿੱਚ ਹਰਸ਼ੀ ਸੈਂਟਰ ਦੇ ਵਿੱਚ ਖੇਡਿਆ ਜਾ ਰਿਹਾ, ਸੋ ਇਸ ਡਰਾਮੇ ਨੂੰ ਵੀ ਜ਼ਰੂਰ ਦੇਖਣ ਪਹੁੰਚੋ। ਸੋ ਲਓ ਫਿਰ ਧਾਰਮਿਕ ਹਿੱਸਾ। ਪਰਮ ਸਤਿਕਾਰਯੋਗ ਦੀਨ ਦੁਨੀ ਦੇ ਮਾਲਕ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਜੇ ਹੋਏ ਮਹਾਨ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ, ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ ਗੁਰਦੇਵ ਜੀ ਦੇ ਪਾਵਨ ਦਰਬਾਰ ਵਿੱਚ ਸੱਜ ਕੇ ਆਪ ਸਰਬੱਤ ਸੰਗਤਾਂ ਗੁਰੂ ਸਵਾਰਿਆਂ ਪਾਸੋਂ ਸਤਿਗੁਰਾਂ ਦੀ ਅੰਮ੍ਰਿਤਮਈ ਪਾਵਨ ਬਾਣੀ ਦੇ ਕੀਰਤਨ ਬੜੇ ਹੀ ਪਿਆਰ ਸਤਿਕਾਰ ਉਤਸ਼ਾਹ ਦੇ ਨਾਲ ਸ਼ਰਵਣ ਕਰ ਰਹੇ ਸੀ। ਆਓ ਜਿੱਥੇ ਆਪ ਜੀ ਨੇ ਗੁਰਬਾਣੀ ਦੇ ਕੀਰਤਨ ਰਾਹੀਂ ਸਤਿਗੁਰੂ ਜੀ ਦੀ ਮੱਤ ਨੂੰ ਪ੍ਰਾਪਤ ਕਰਨ ਦਾ ਯਤਨ ਕੀਤਾ ਹੈ, ਉੱਥੇ ਆਪਾਂ ਕੁਝ ਸਮੇਂ ਲਈ ਗੁਰਦੇਵ ਜੀ ਦੀ ਪਾਵਨ ਬਾਣੀ ਦੀ ਵਿਚਾਰ ਦੇ ਨਾਲ
ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਦਾ ਯਤਨ ਕਰਨਾ ਹੈ। ਸਤਿਗੁਰਾਂ ਦੀ ਪਾਵਨ ਬਾਣੀ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਓ ਸਾਰੀ ਸੰਗਤ ਬੜੇ ਪਿਆਰ ਸਤਿਕਾਰ ਨਾਲ ਕਲਗੀਧਰ ਸਾਹਿਬ ਦੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲੰਦ ਕਰਦਿਆਂ ਹੋਇਆਂ ਆਪਸ ਵਿੱਚ ਸਾਂਝ ਬਣਾਈਏ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆਂ ਦੇ ਅੰਦਰ ਪਹਿਲਾਂ ਹੀ ਬੜੇ ਧਰਮ ਦੇ ਨਾਮ ਦੇ ਉੱਤੇ ਗ੍ਰੰਥ ਰਚੇ ਜਾ ਚੁੱਕੇ ਸਨ। ਐਸੀ ਸ਼ਿਕਾਇਤ ਅਕਬਰ ਦੇ ਦਰਬਾਰ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਖਿਲਾਫ ਇੱਕ ਵਕਤ ਪਹੁੰਚੀ ਸੀ। ਸਾਡੇ ਇਤਿਹਾਸਕ ਕਾਵਿ ਗ੍ਰੰਥਾਂ ਵਿੱਚ ਇਸ ਘਟਨਾ ਦਾ ਜ਼ਿਕਰ ਹੈ ਕਿ ਜਦੋਂ ਵੇਦ ਮੌਜੂਦ ਨੇ, ਸਿਮਰਤੀਆਂ ਮੌਜੂਦ ਨੇ, ਹੋਰ ਧਰਮ ਗ੍ਰੰਥ ਮੌਜੂਦ ਨੇ, ਜਿੱਥੇ ਹੋਰ ਕਈ ਤਰ੍ਹਾਂ ਦੀ ਵਿਚਾਰ ਗੁਰੂ ਨਾਨਕ ਸਾਹਿਬ ਜੀ ਦੇ ਘਰ ਨੇ ਆਪਣੀ ਵੱਖਰੀ ਕਰ ਲਈ ਹੈ, ਉੱਥੇ ਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਦੀ ਬਾਣੀ ਨੂੰ ਸੱਚੀ ਆਖਦੇ ਨੇ ਤੇ ਬਾਕੀ ਬਾਣੀ ਨੂੰ ਕੱਚੀ ਆਖਦੇ ਨੇ। ਖਿਆਲ ਕਰਨਾ, ਅੱਜ ਜਦੋਂ ਅਸੀਂ ਇਹਨਾਂ ਸ਼ਬਦਾਂ ਦੀ ਵਿਚਾਰ ਵਿੱਚ ਪੈਂਦੇ ਹਾਂ ਤਾਂ ਸਿੱਖ ਹੋਣ ਦੇ ਨਾਤੇ ਸਾਡੇ ਹਿਰਦੇ ਦੁਖੀ ਹੋ ਜਾਂਦੇ ਹਨ ਕਿ ਐਸਾ ਕਿਉਂ ਕਿਹਾ ਗਿਆ। ਹਾਲਾਂਕਿ ਲਿਖਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਹੈ, ਪਰ ਤੁਸੀਂ ਜ਼ਰਾ ਅੰਦਾਜ਼ਾ ਲਾ ਕੇ ਵੇਖੋ ਕਿ ਜਿਸ ਵੇਲੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਬਚਨ ਆਪਣੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਣਗੇ ਗੋਇੰਦਵਾਲ ਦੀ ਧਰਤੀ ਤੇ, ਜਿਸ ਵੇਲੇ ਸਿੱਖ ਇਹਨਾਂ ਬਚਨਾਂ ਨੂੰ ਗਾਉਂਦੇ ਹੋਣਗੇ, ਦੂਰ ਦੁਰੇਡੇ ਨਗਰਾਂ ਵਿੱਚ ਢੋਲਕੀ ਚਿਮਟਿਆਂ ਦੇ ਨਾਲ ਜਿਸ ਵੇਲੇ ਇਹਨਾਂ ਦੀ ਵਿਚਾਰ ਹੁੰਦੀ ਹੋਏਗੀ, ਉਸ ਵੇਲੇ ਕੈਸਾ ਮਾਹੌਲ ਬਣਿਆ ਹੋਵੇਗਾ। ਕਿੰਨੇ ਹੀ ਐਸੇ ਲੋਕ ਹੋਣਗੇ ਜਿਹੜੇ ਗੁਰੂ ਸਾਹਿਬ ਜੀ ਦੇ ਇਹਨਾਂ ਬਚਨਾਂ ਨੂੰ ਸੁਣ ਕੇ ਆਹਤ ਹੋਏ ਹੋਣਗੇ, ਦੁਖੀ ਹੋਏ ਹੋਣਗੇ, ਕਿਉਂਕਿ ਉਹਨਾਂ ਦੇ ਮਨ ਅੰਦਰ ਇੱਕ ਭਰਮ ਹੈ। ਵੈਸੇ ਮੈਂ ਬੇਨਤੀ ਕਰਾਂ, ਜਦੋਂ ਗਿਆਨ ਦੀ ਗੱਲ ਸੁਣ ਕੇ ਮਨ ਦੁਖੀ ਹੋ ਜਾਏ, ਬੰਦੇ ਦੇ ਅੰਦਰ ਚਿੜ ਆਉਂਦੀ ਹੈ, ਗੁੱਸਾ ਆਉਂਦਾ, ਕ੍ਰੋਧ ਆਉਂਦਾ, ਉਹ ਗਿਆਨ ਤੇ ਗੁੱਸਾ ਤੇ ਕੱਢ ਨਹੀਂ ਸਕਦਾ। ਉਹਦਾ ਫਿਰ ਨਿਸ਼ਾਨਾ ਉਹ ਬੰਦਾ ਬਣਦਾ ਹੈ ਜਿਹਦੇ ਦੁਆਰਾ ਇਹ ਗੱਲ ਹੋਈ ਹੁੰਦੀ ਹੈ। ਉਦਾਹਰਣ ਦੇ ਤੌਰ ਤੇ ਘਰ ਦੇ ਵਿੱਚ ਪੁੱਤਰ ਬਹੁਤ ਸਿਆਣੀ ਗੱਲ ਕਰ ਦੇਵੇ, ਧੀ ਬੜੀ ਸਿਆਣੀ ਗੱਲ ਕਰ ਦੇਵੇ, ਮਾਂ ਨੂੰ ਪਿਤਾ ਨੂੰ ਆਪਣੀ ਗਲਤੀ ਮਹਿਸੂਸ ਹੋ ਜਾਏ ਕਿ ਮੇਰੇ ਪੁੱਤਰ ਨੇ, ਮੇਰੀ ਧੀ ਨੇ ਮੇਰੇ ਤੋਂ ਅੱਗੇ ਦੀ ਗੱਲ ਕੀਤੀ ਹੈ, ਤੇ ਜੇ ਤਾਂ ਹਿਰਦਾ ਵਿਸ਼ਾਲ ਹੋਵੇ ਤਾਂ ਉਹ ਸਗੋਂ ਸ਼ਾਬਾਸ਼ੇ ਦੇਣਗੇ ਵੀ ਤੂੰ ਸਿਆਣੀ ਗੱਲ ਕੀਤੀ ਹੈ, ਮੇਰੀ ਧੀ ਨੇ ਮੇਰੇ ਪੁੱਤਰ ਨੇ, ਵੀ ਤੂੰ ਹੁਣ ਸਿਆਣਾ ਹੋ ਗਿਆ। ਤੇ ਜੇ ਤੰਗ ਦਿਲ ਹੋਵੇ ਤਾਂ ਹੋਰ ਕੋਈ ਤਰੀਕਾ ਨਹੀਂ ਹੁੰਦਾ, ਹੁਣ ਗਿਆਨ ਤੇ ਗੁੱਸਾ ਤੇ ਨਹੀਂ ਨਾ ਕੱਢਿਆ ਜਾ ਸਕਦਾ, ਸਿਆਣਪ ਤੇ ਗੁੱਸਾ ਨਹੀਂ ਕੱਢਿਆ ਜਾ ਸਕਦਾ, ਫਿਰ ਅਸਲ ਤਰੀਕਾ ਲੱਭਿਆ ਜਾਂਦਾ ਕਿ ਬੋਲਣ ਵਾਲੇ ਨੂੰ ਚੁੱਪ ਕਰਾ ਦਿਓ। ਅੱਜ ਦਾ ਇਹ ਧਾਰਮਿਕ ਹਿੱਸਾ ਸਪਾਂਸਰ ਕੀਤਾ ਜਾ ਰਿਹਾ ਰੌਣ ਚੱਠਾ ਹੋਮ ਲਾਈਫ ਸੁਪਰਸਟਾਰ 647-204-0215 ਜੇਕੇ ਆਟੋ ਇਲੈਕਟ੍ਰਿਕ ਦੇ ਜੋਗਾ ਸਿੰਘ ਕੰਗ 416-888-4442-42 ਟੋਰਾਂਟੋ ਟਰੱਕ ਡਰਾਈਵਿੰਗ ਸਕੂਲ 416-675-7500 ਆਪਣੇ ਹੱਕਾਂ ਵਾਸਤੇ ਹਮੇਸ਼ਾ ਕਮਿਊਨਿਟੀ ਦੇ ਇੱਕੋ ਇੱਕ ਜਾਣੇ ਪਛਾਣੇ ਅਤੇ ਪਰਖੇ ਹੋਏ ਨਾਮ ਨੂੰ ਯਾਦ ਰੱਖੋ। My name is Jack Fireman. I've been a personal injury lawyer now for 46 years and we have had a successful relationship with Alliance and with Mr. Sidhu. ਐਕਸੀਡੈਂਟ ਵਿੱਚ ਸੱਟ ਲੱਗਣ ਤੋਂ ਬਾਅਦ ਮੁਫਤ ਸਲਾਹ ਲਈ ਜ਼ਰੂਰ ਕਾਲ ਕਰੋ। ਮਿਸੀਸਾਗਾ ਵਾਲੀ ਲੋਕੇਸ਼ਨ ਦੀ ਕਾਮਯਾਬੀ ਤੋਂ ਬਾਅਦ ਪਾਪੂਲਰ ਟਾਇਰ ਨੇ ਸਟੀਲ ਐਲਬਨ ਤੇ ਟੋਰਾਂਟੋ ਟਰੱਕ ਡਰਾਈਵਿੰਗ ਸਕੂਲ ਵਾਲੀ ਬਿਲਡਿੰਗ ਦੇ ਵਿੱਚ ਦੂਸਰੀ ਲੋਕੇਸ਼ਨ ਖੋਲ ਦਿੱਤੀ ਹੈ, ਜਿੱਥੇ ਤੁਹਾਡੇ ਟਰੱਕਾਂ ਦੇ ਨਵੇਂ ਪੁਰਾਣੇ ਟਾਇਰਾਂ ਤੋਂ ਇਲਾਵਾ
ਹਰ ਤਰ੍ਹਾਂ ਦੀ ਤਸੱਲੀ ਬਖਸ਼ ਮੁਰੰਮਤ ਕੀਤੀ ਜਾਂਦੀ ਹੈ ਤੇ ਨਾਲ ਦੀ ਨਾਲ ਤੁਹਾਡੇ ਟਰੱਕਾਂ ਨੂੰ ਧੋ ਕੇ ਬਿਲਕੁਲ ਨਿਖਾਰ ਦਿੱਤਾ ਜਾਂਦਾ ਹੈ। ਪਾਪੂਲਰ ਟਾਇਰ ਤੇ ਅੱਜ ਹੀ ਪਹੁੰਚੋ। ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਿਰ ਕੋਈ ਵਪਾਰ ਖਰੀਦਣਾ ਚਾਹੁੰਦੇ ਹੋ ਤਾਂ ਪੜ੍ਹੇ ਲਿਖੇ ਰੀਅਲ ਸਟੇਟ ਏਜੰਟ ਦਾ ਹੋਣਾ ਬਹੁਤ ਜ਼ਰੂਰੀ ਹੈ। ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਜਾਂ ਵੇਚਣ ਲਈ ਸਾਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ। ਅਸੀਂ ਤੁਹਾਡਾ ਸੁਪਨਿਆਂ ਦਾ ਘਰ ਖਰੀਦਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ। ਬੈਸਟ ਡੀਲ ਫਲੋਰਿੰਗ, ਜਿੱਥੋਂ ਤੁਸੀਂ ਕਾਰਪੈਟ, ਹਾਰਡਵੁੱਡ ਫਲੋਰ, ਟਾਈਲਾਂ ਅਤੇ ਲੈਮੀਨੇਟ ਬਹੁਤ ਸਸਤੇ ਭਾਅ ਖਰੀਦ ਸਕਦੇ ਹੋ। ਪਿਛਲੇ 21 ਸਾਲ ਤੋਂ ਰਾਜ ਜੀ ਤੁਹਾਨੂੰ ਇਹ ਸੇਵਾਵਾਂ ਦਿੰਦੇ ਆ ਰਹੇ ਹਨ। ਹੁਣ ਬੈਸਟ ਡੀਲ ਫਲੋਰਿੰਗ ਖੋਲ ਦਿੱਤਾ ਗਿਆ ਹੈ। ਸਕਾਰਬਰੋ ਦੇ ਵਿੱਚ 130 ਡਾਇਨਾਮਿਕ ਡਰਾਈਵ ਤੇ ਪਹੁੰਚੋ। 416-292-6248 ਤੇ ਸੰਪਰਕ ਕਰੋ। ਕੋਈ ਵੀ ਘਰੇਲੂ ਝਗੜਾ ਜਾਂ ਪ੍ਰਾਪਰਟੀ ਦਾ ਕੋਈ ਮਸਲਾ ਹੋਵੇ, ਇੱਕੋ ਨਾਮ ਕਲੇਅਰ ਐਂਡ ਸਮਰਾ ਲਾਅ ਆਫਿਸ। ਇਮੀਗ੍ਰੇਸ਼ਨ, ਕ੍ਰਿਮੀਨਲ ਲਾਅ, ਸਿਵਲ ਲਿਟੀਗੇਸ਼ਨ ਦੀਆਂ ਸੇਵਾਵਾਂ ਵੀ ਲੈ ਸਕਦੇ ਹੋ। ਲੀਗਲ ਏਡ ਵੀ ਐਕਸੈਪਟ ਕਰਦੇ ਹਨ। ਪੰਜਾਬੀ, ਇੰਗਲਿਸ਼, ਹਿੰਦੀ ਅਤੇ ਉਰਦੂ ਚ ਸੇਵਾਵਾਂ ਲੈਣ ਲਈ 20 ਸਾਲਾਂ ਦੇ ਤਜਰਬੇਕਾਰ ਪ੍ਰੀਤ ਮਹਿੰਦਰ ਕਲੇਅਰ ਸੁਖਵਿੰਦਰ ਸਮਰਾ। 905-501-7300। ਆਪਾਂ ਸਭ ਜਾਣਦੇ ਹਾਂ ਕਿ ਸਿਆਣਾ ਤੇ ਤਜਰਬੇਕਾਰ ਰੀਅਲ ਸਟੇਟ ਏਜੰਟ ਤੁਹਾਡੇ ਢੇਰਾਂ ਡਾਲਰ ਬਚਾ ਸਕਦਾ ਹੈ। GTA ਵਿੱਚ ਇੱਕ ਭਰੋਸੇਯੋਗ ਨਾਂ ਡੇਲ ਮੁੰਡੀ। ਪ੍ਰਾਪਰਟੀ ਖਰੀਦਣ, ਵੇਚਣ ਜਾਂ ਫਿਰ ਇਨਵੈਸਟਮੈਂਟ ਕਰਨ ਤੋਂ ਪਹਿਲਾਂ ਇੱਕ ਫੋਨ ਡੇਲ ਮੁੰਡੀ ਨੂੰ ਘੁਮਾਓ। 416-313-1313। ਵਧੇਰੇ ਜਾਣਕਾਰੀ ਲਈ dailmundi.com ਤੇ ਜਾਓ। ਡੇਲ ਮੁੰਡੀ। ਦੋਸਤੋ, ਇੱਕ ਸੂਚਨਾ ਅਸੀਂ ਸਾਂਝੀ ਕਰਨੀ ਚਾਹੁੰਦੇ ਹਾਂ ਕਿ ਪਿੰਡ ਵਿਰਕਾਂ ਦੇ ਨਿਵਾਸੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਸਾਲਾਨਾ ਜੋੜ ਮੇਲਾ ਜਿਹੜਾ ਉਹ ਮਨਾਇਆ ਜਾ ਰਿਹਾ, ਜਿਹੜਾ ਕਿ ਰੈਕਸਟੇਲ ਗੁਰਦੁਆਰਾ ਸਾਹਿਬ ਦੇ ਵਿੱਚ ਕੱਲ੍ਹ ਸ਼੍ਰੀ ਅਖੰਡ ਸਾਹਿਬ ਪ੍ਰਾਰੰਭ ਹੋਏ ਨੇ ਅਤੇ ਕੱਲ੍ਹ ਨੂੰ ਭੋਗ ਪੈਣਗੇ। ਸੋ ਸਮੂਹ ਨਗਰ ਨਿਵਾਸੀਆਂ ਵੱਲੋਂ ਬੇਨਤੀ ਹੈ ਕਿ ਉਹਨਾਂ ਦੀ ਇਸ ਖੁਸ਼ੀ ਦੇ ਵਿੱਚ ਜ਼ਰੂਰ ਸ਼ਾਮਲ ਹੋਵੋ। ਸੋ ਕਿਸੇ ਵੀ ਜਾਣਕਾਰੀ ਲਈ ਤੁਸੀਂ ਗੁਰਪ੍ਰੀਤ ਵਿਰਕ ਹੋਰਾਂ ਦੇ ਨਾਲ ਸੰਪਰਕ ਕਰ ਸਕਦੇ ਹੋ। 416-705-1111। ਸਰਦਾਰੀ TV ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਅਸੀਂ ਸੰਗਤਾਂ ਨੂੰ ਪਿਛਲੇ ਹਫ਼ਤਿਆਂ ਤੋਂ ਦੱਸਦੇ ਆ ਰਹੇ ਹਾਂ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਸਪੈਸ਼ਲ ਪ੍ਰੋਗਰਾਮ ਰੱਖੇ ਹਨ, ਜਿਨ੍ਹਾਂ ਦੇ ਵਿੱਚ ਭਾਈ ਨਰਿੰਦਰ ਸਿੰਘ ਜੀ ਜੋਧੀ ਕਲਾਂ ਨੇ, ਜੋ ਕਿ ਗੁਰਦੁਆਰਾ ਸਾਹਿਬ 23 ਤਰੀਕ ਤੋਂ ਪਹੁੰਚ ਚੁੱਕੇ ਹਨ, ਬੀਬੀ ਇੰਦਰਮੋਹਨ ਕੌਰ ਪਟਿਆਲੇ ਵਾਲੇ ਜੋ ਇੰਗਲੈਂਡ ਰਹਿੰਦੇ ਹਨ, ਉਹ ਵੀ ਪਹੁੰਚ ਚੁੱਕੇ ਹਨ, ਜੋ ਰੋਜ਼ਾਨਾ ਹੀ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿੱਚ ਕੀਰਤਨ ਕਰਦੇ ਹਨ। ਉਹਨਾਂ ਦੇ ਨਾਲ ਭਾਈ ਸ਼ਬੇਕ ਸਿੰਘ ਜੀ ਲੁਧਿਆਣੇ ਵਾਲੇ ਵੀ ਕੀਰਤਨ ਕਰਦੇ ਹਨ, ਅਤੇ ਭਾਈ ਮਨਜੀਤ ਸਿੰਘ ਜੀ ਪਠਾਨਕੋਟ ਵਾਲੇ, ਜੋ ਕਿ 6 ਅਗਸਤ ਨੂੰ ਪਹੁੰਚਣਗੇ ਅਤੇ ਉਹਨਾਂ ਨੇ 6 ਤਰੀਕ ਤੋਂ ਲੈ ਕੇ 25 ਅਗਸਤ ਤੱਕ ਕੀਰਤਨ ਕਰਨਾ ਹੈ। ਉਹਨਾਂ ਦੇ ਨਾਲ ਨਾਲ ਭਾਈ ਬਰਿੰਦਰ ਸਿੰਘ ਜੀ ਰੰਗੀਲਾ, ਉਹ ਵੀ ਪਹੁੰਚ ਰਹੇ ਹਨ, ਜੋ 16 ਅਗਸਤ ਤੋਂ ਲੈ ਕੇ 2 ਸਤੰਬਰ ਤੱਕ ਗੁਰਦੁਆਰਾ ਸਾਹਿਬ ਕੀਰਤਨ ਕਰਨਗੇ, ਅਤੇ ਉਹਨਾਂ ਦੇ ਨਾਲ ਪੰਥ ਪ੍ਰੀਤ, ਜੋ ਕਿ ਕੌਮ ਦੇ ਮਹਾਨ ਕਥਾਕਾਰ ਹਨ, ਉਹ ਵੀ ਪਹਿਲੀ ਵਾਰੀ ਡਿਕਸੀ ਗੁਰਦੁਆਰਾ ਸਾਹਿਬ ਆ ਰਹੇ ਹਨ। ਉਹ 26 ਅਗਸਤ ਤੋਂ ਲੈ ਕੇ 16 ਸਤੰਬਰ ਤਾਈਂ ਗੁਰਦੁਆਰਾ ਸਾਹਿਬ ਕਥਾ ਸੰਗਤਾਂ ਨੂੰ ਸਰਵਣ ਕਰਾਉਣਗੇ, ਅਤੇ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਗੁਰਦੁਆਰਾ ਸਾਹਿਬ ਇਹ ਬੱਚਿਆਂ ਨੂੰ ਛੁੱਟੀਆਂ ਹਨ, ਆਪਣੇ ਬੱਚਿਆਂ ਨੂੰ ਜ਼ਰੂਰ ਨਾਲ ਲੈ ਕੇ ਆਓ, ਤਾਂ ਕਿ ਆਪਾਂ ਬੱਚਿਆਂ ਨੂੰ ਗੁਰਬਾਣੀ ਨਾਲ ਜੋੜ ਸਕੀਏ, ਆਪਾਂ ਗੁਰੂ ਦੇ ਲੜ ਲੱਗ ਸਕੀਏ। ਇਹ ਸੰਗਤਾਂ ਨੂੰ ਬੇਨਤੀ ਹੈ, ਕਿਉਂਕਿ ਸਾਨੂੰ ਆਪਣੇ ਜੀਵਨ ਕਾਲ ਦੇ ਵਿੱਚ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਅੰਮ੍ਰਿਤ ਛੱਕ ਕੇ ਤਿਆਰ ਹੋਈਏ, ਅਤੇ ਇਹ ਉਪਰਾਲਾ ਅਸੀਂ ਗੁਰਦੁਆਰਾ ਸਾਹਿਬ ਵੱਲੋਂ ਕਰ ਰਹੇ ਹਾਂ। ਸੋ ਸੰਗਤਾਂ ਨੂੰ ਬੇਨਤੀ ਹੈ ਕਿ ਹੁਮ ਆ ਕੇ ਗੁਰਦੁਆਰਾ ਸਾਹਿਬ ਪਹੁੰਚੋ, ਅਤੇ ਇਸ ਹਫ਼ਤੇ ਭਾਈ ਨਰਿੰਦਰ ਸਿੰਘ ਜਵਦੀ ਕਲਾਂ ਵਾਲੇ ਅਤੇ ਬੀਬੀ ਇੰਦਰਮੋਹਨ ਕੌਰ ਪਹੁੰਚ ਚੁੱਕੇ ਹਨ, ਜੋ ਸ਼ਾਮ ਨੂੰ ਰੋਜ਼ਾਨਾ ਕੀਰਤਨ ਕਰਦੇ ਹਨ, ਅਤੇ ਭਾਈ ਬਲਿੰਦਰ ਸਿੰਘ ਜੀ ਰੰਗੀਲਾ 16 ਅਗਸਤ ਤੋਂ ਗੁਰਦੁਆਰਾ ਸਾਹਿਬ ਪਹੁੰਚਣਗੇ। ਇਹ ਸੰਗਤਾਂ ਨੂੰ ਬੇਨਤੀ ਹੈ। ਇਸ ਦੇ ਨਾਲ ਨਾਲ ਅੱਜ ਸੈਟਰਡੇ ਹੈ, ਅੱਜ ਅਤੇ ਕੱਲ੍ਹ ਨੂੰ ਹਰਸ਼ੀ ਜੋ ਸਟੇਡੀਅਮ ਹੈ ਉਹਦੇ ਵਿੱਚ
ਆਈਸਲੈਂਡ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵੱਲੋਂ ਜੋ ਫੀਲਡ ਹਾਕੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਉਹਦੇ ਵਿੱਚ ਸੰਗਤਾਂ ਨੂੰ ਬੇਨਤੀ ਹੈ ਕਿ ਜ਼ਰੂਰ ਉੱਥੇ ਪਹੁੰਚੋ, ਆਪਣੇ ਬੱਚਿਆਂ ਨੂੰ ਫੀਲਡ ਹਾਕੀ ਦੇ ਵਿੱਚ ਲਾਓ, ਇਹ ਵੀ ਨਾਲ ਸੰਗਤਾਂ ਨੂੰ ਬੇਨਤੀ ਹੈ। ਸੋ ਇੱਕ ਵਾਰੀ ਫਿਰ ਮੈਂ ਸਰਦਾਰੀ ਟੀਵੀ ਦੇ ਰਣਜੀਤ ਸਿੰਘ ਰਾਣਾ ਦਾ ਧੰਨਵਾਦੀ ਹਾਂ, ਜਿਨ੍ਹਾਂ ਦੇ ਰਾਹੀਂ ਇਹ ਤੁਹਾਡਾ ਸੁਨੇਹਾ ਗੁਰਦੁਆਰਾ ਸਾਹਿਬ ਦਾ ਤੁਹਾਡੇ ਤੱਕ ਪਹੁੰਚਾਇਆ ਹੈ। ਗੁਰੂ ਮਹਾਰਾਜ ਨੂੰ ਚੜ੍ਹਦੀ ਕਲ ਜੀਵਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਤਾਂ ਆਪਾਂ ਸਾਰੇ ਜਾਣਦੇ ਹਾਂ, ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਲੋਕ ਜਾਗਰਤੀ ਮੰਚ ਵੱਲੋਂ 17 ਅਗਸਤ ਦੀ ਸ਼ਾਮ ਨੂੰ 6 ਵਜੇ ਤੋਂ ਲੈ ਕੇ 9 ਵਜੇ ਤੱਕ ਡਰੱਗ ਅਵੇਅਰਨੈਸ ਕੰਪੀਟੀਸ਼ਨ ਕਰਵਾਇਆ ਜਾ ਰਿਹਾ, ਜਿਸ ਵਿੱਚ ਭਾਗ ਲੈਣ ਵਾਲੇ ਬੱਚਿਆਂ ਦੀ ਉਮਰ 12 ਤੋਂ 16 ਸਾਲ ਤੱਕ ਹੋਵੇ। ਪਹਿਲਾ ਨਾਮ ਲੈਪਟਾਪ, ਦੂਸਰਾ ਆਈਪੈਡ, ਤੀਸਰਾ ਟੈਬਲੇਟ। ਦਾਖਲਾ ਫੀਸ ਕੋਈ ਨਹੀਂ, ਖਾਣੇ ਦਾ ਖਾਸ ਪ੍ਰਬੰਧ ਹੋਵੇਗਾ। ਪਰਿਵਾਰਾਂ ਨੂੰ ਪਹੁੰਚਣ ਲਈ ਅਪੀਲ ਕੀਤੀ ਜਾਂਦੀ ਹੈ, ਜਾਣਕਾਰੀ ਜਾਂ ਦਾਖਲੇ ਲਈ ਕਾਲ ਕਰੋ 647-403-2305 647-448-1232। ਸੋ ਪੰਜਾਬੀ ਫਿਲਮਾਂ ਦੀ ਜੇ ਗੱਲ ਕਰੀਏ ਤੇ ਕੈਰੀ ਔਨ ਜੱਟਾ ਜਿਹੜੀ ਆ ਉਹ ਰਿਲੀਜ਼ ਹੋ ਚੁੱਕੀ ਆ। ਸੋ ਗਿੱਪੀ ਗਰੇਵਾਲ ਹੋਰੀ ਪਿਛਲੇ ਦਿਨ ਸਟੂਡੀਓ ਦੇ ਵਿੱਚ ਆਏ ਸਨ, ਉਹਨਾਂ ਨਾਲ ਗੱਲਬਾਤ ਕੀਤੀ ਸੀ। ਪ੍ਰੋਗਰਾਮ ਕਾਫੀ ਬਿਜ਼ੀ ਸੀ, ਇਸ ਕਰਕੇ ਪਿਛਲੇ ਹਫ਼ਤੇ ਆਪਾਂ ਨਹੀਂ ਲਈ, ਇਸ ਹਫ਼ਤੇ ਤੁਹਾਡੇ ਨਾਲ ਉਹਨਾਂ ਦੀ ਇੰਟਰਵਿਊ ਵੀ ਸਾਂਝੀ ਕਰਦੇ ਹਾਂ। ਔਰ ਇਹ ਫਿਲਮ ਜਿਹੜੀ ਆ ਉਹ ਕੱਲ੍ਹ ਰਿਲੀਜ਼ ਹੋ ਚੁੱਕੀ ਆ। ਸੋ ਤੁਸੀਂ ਆਪਣੇ ਨੇੜਲੇ ਸਿਨੇਮਾ ਘਰ ਦੇ ਵਿੱਚ ਜ਼ਰੂਰ ਜਾ ਕੇ ਇਹ ਫਿਲਮ ਦੇਖਣੀ ਆ। ਚਲੋ ਫਿਰ ਗਿੱਪੀ ਗਰੇਵਾਲ ਹੋਰ ਨਾਲ ਕੀਤੀ ਗਈ ਇੰਟਰਵਿਊ ਸਾਂਝੀ ਕਰਦੇ ਹਾਂ। ਗਿੱਪੀ ਜੀ, ਸਵਾਗਤ ਹੈ ਜੀ ਆਇਆਂ ਨੂੰ। ਥੈਂਕ ਯੂ ਭਾਜੀ, ਥੈਂਕ ਯੂ, ਮਿਹਰਬਾਨੀ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ। ਸੋ ਪਹਿਲਾਂ ਤਾਂ ਮੁਬਾਰਕਬਾਦ, ਕਿਉਂਕਿ ਜਿੰਨੇ ਕੁ ਪ੍ਰੋਮੋ ਦੇਖੇ ਨੇ ਜੀ ਫਿਲਮ ਦੇ। ਸੋ ਕਹਿੰਦੇ ਕਈ ਵਾਰੀ ਦੇਖ ਪਤਵਾ ਕਰਨੀ ਹੋਵੇ ਵੀ ਇਹ ਸਾਰੇ ਚੌਲ ਰਿੱਝ ਗਏ ਕਿ ਨਹੀਂ, ਸਿਰਫ ਇੱਕ ਦਾਣਾ ਜਿਹੜਾ ਉਹ ਟੋਹ ਕੇ ਦੇਖ ਲਓ ਤਾਂ ਪਤਾ ਲੱਗ ਜਾਂਦਾ। ਬਿਲਕੁਲ ਜੀ। ਸੋ ਤੁਹਾਡੇ ਨਾਲ ਪ੍ਰੋਮੋ ਤੋਂ ਪਤਾ ਲੱਗਦਾ ਕਿ ਬੜੀ ਵਧੀਆ ਮਿਹਨਤ ਕੀਤੀ ਹੈ ਔਰ ਫੁੱਲ ਆਫ ਐਂਟਰਟੇਨਮੈਂਟ ਇਹ ਫਿਲਮ ਹੋਏਗੀ। ਸੋ ਥੋੜ੍ਹੀ ਜਿਹੀ ਜਾਣਕਾਰੀ ਦਰਸ਼ਕਾਂ ਨੂੰ ਆਪਣੀ ਜ਼ੁਬਾਨੀ ਇਸ ਫਿਲਮ ਬਾਰੇ ਦਿਓ। ਬਿਲਕੁਲ ਜੀ, ਕਾਮੇਡੀ ਫਿਲਮ ਹੈ ਜੀ, ਕੈਰੀ ਔਨ ਜੱਟਾ। ਸੋ ਆਲ ਐਂਡ ਆਊਟ ਕਾਮੇਡੀ ਹੈ ਇਹ, ਅਤੇ ਕਾਸਟ ਵੀ ਜਿੰਨੇ ਕਰੈਕਟਰ ਫਿਲਮ ਦੇ ਵਿੱਚ ਲਏ ਗਏ ਨੇ ਜਿਵੇਂ ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਬੀਨੂ ਢਿੱਲੋਂ, ਬੀ ਐਨ ਸ਼ਰਮਾ, ਰਾਣਾ ਰਣਵੀਰ, ਕਰਮਜੀਤ ਅਨਮੋਲ, ਸੋ ਸਾਰੇ ਕਾਮੇਡੀ ਵਾਲੇ ਹੀ ਬੰਦੇ ਨੇ ਜੀ। ਸੋ ਆਲੇ ਦੁਆਲੇ ਕਰੈਕਟਰ, ਮਤਲਬ ਕਿਉਂਕਿ ਫਿਲਮ ਮੈਂ ਦੱਸਿਆ ਆਲ ਐਂਡ ਆਊਟ ਕਾਮੇਡੀ ਕਰਕੇ ਜਿੱਦਾਂ ਦਾ ਕਰੈਕਟਰ ਜਿਹਨੂੰ ਸੂਟ ਕਰਦਾ ਸੀ ਦਿੱਤਾ ਗਿਆ, ਅਤੇ ਆਪੋਜ਼ਿਟ ਮੇਰੇ ਲੀਡ ਆਰਟਿਸਟ ਹੈਗੀ ਹੈ ਜੀ ਮਾਹੀ ਗਿੱਲ, ਅਤੇ ਉਹ ਹੀਰੋਇਨ ਤੌਰ 'ਤੇ ਆ, ਅਤੇ ਬਾਕੀ ਮੈਂ ਅਤੇ ਮਿਊਜ਼ਿਕ ਜਤਿੰਦਰ ਸ਼ਾਹ ਦਾ ਜੀ। 27 ਜੁਲਾਈ ਨੂੰ ਰਿਲੀਜ਼ ਹੋ ਰਹੀ ਆ, ਅਤੇ ਤੁਸੀਂ ਆਓ ਜੀ, ਹੱਸਦੇ ਹੱਸਦੇ ਆਓਗੇ, ਹੱਸਦੇ ਹੱਸਦੇ ਜਾਓਗੇ। ਤੁਸੀਂ ਸੜਕ ਦੇਖ ਕੇ ਗੱਡੀ ਨਹੀਂ ਚਲਾਉਂਦੇ? ਸਾਹਮਣੇ ਸੜਕ ਦਿਸਦੀ ਆ, ਮੇਰਾ ਦਿਲ ਨਹੀਂ ਦਿਸਦਾ। ਘੁਮਾ ਫਰਾ ਕੇ ਗੱਲ ਕਰਨ ਦੀ ਆਦਤ ਨਹੀਂ ਮੈਨੂੰ। ਤੁਸੀਂ ਪਲੀਜ਼ ਘੁਮਾ ਫਰਾ ਕੇ ਗੱਲ ਕਰ ਲਓ, ਸ਼ਹਿ ਸਿੱਧੀ ਗੱਲ ਹੋ ਜੇ। ਆਈ ਲਵ ਯੂ। ਫਿਲਮ ਦਾ ਵਿਸ਼ਾ ਬੇਸਿਕਲੀ ਜੀ, ਇਹ ਫਿਲਮ ਹੈ ਇੱਕ ਹੈਗੀ ਆ ਕਨਫਿਊਜ਼ਨ ਦੇ ਉੱਤੇ ਬੇਸਡ, ਘਰੇਲੂ ਇੱਕ ਸਮੱਸਿਆ ਛੋਟੀ ਜੀ, ਜਿਹਦੇ ਵਿੱਚ ਇੱਕ ਜਿਹੜਾ ਮੁੰਡਾ ਕੁੜੀ ਨੂੰ ਪਿਆਰ ਕਰਦਾ ਹੁੰਦਾ, ਉਹਨੂੰ ਪਾਉਣ ਦੇ ਲਈ ਇੱਕ ਛੋਟਾ ਜਿਹਾ ਝੂਠ ਬੋਲ ਬੈਠਦਾ ਜੀ। ਸੋ ਮੇਰਾ ਦੋਸਤ ਹੈ ਫਿਲਮ ਦੇ ਵਿੱਚ ਗੁਰਪ੍ਰੀਤ ਘੁੱਗੀ, ਜਿਹੜਾ ਮੈਨੂੰ ਕਹਿੰਦਾ ਕੋਈ ਚੱਕਰ ਨਹੀਂ ਗਾ, ਚੱਕ ਦੇ ਫੱਟੇ ਕੈਰੀ ਔਨ ਜੱਟਾ, ਉਹ ਮੈਨੂੰ ਕਹਿੰਦਾ ਤੇ ਇੱਧਰ ਕੈਰੀ ਔਨ ਹੋ ਜਾਂਦਾ ਕੰਮ। ਉਹ ਇੱਕ ਝੂਠ ਦੇ ਚੱਕਰ ਦੇ ਵਿੱਚ ਹਜ਼ਾਰਾਂ ਹੀ ਝੂਠ ਬੋਲੇ ਜਾਂਦੇ ਨੇ, ਤੇ ਉਹ ਜਿਹੜਾ ਮਸਲਾ ਇੰਨਾ ਜ਼ਿਆਦਾ ਘਰ ਦੇ ਵਿੱਚ ਅਲਝ ਜਾਂਦਾ ਵਾ। ਸੋ ਉਸ ਮਸਲੇ ਦੇ ਵਿੱਚ ਹੀ ਪੱਲਾ ਸਾਹਿਬ, ਬੀਨੂ ਢਿੱਲੋਂ, ਗੁਰਪ੍ਰੀਤ ਘੁੱਗੀ, ਇਹ ਸਾਰੇ ਜਾਣੇ ਫਸ ਜਾਂਦੇ ਨੇ। ਇੱਕ ਦੂਜੇ ਤੇ ਸ਼ੱਕ ਹੋਈ ਜਾਂਦਾ ਕਿ ਯਾਰ ਇਹ ਬੰਦਾ ਝੂਠ ਬੋਲ ਰਿਹਾ, ਉਹਨੂੰ ਲੱਗਦਾ ਉਹ ਝੂਠ ਬੋਲ ਰਿਹਾ। ਸੋ ਇੱਦਾਂ ਦੀ ਇੱਕ ਘਰੇਲੂ ਉਲਝਣ ਜੀ ਆ, ਆਪਾਂ ਕਹਿੰਦੇ ਹਾਂ ਸਿਚੁਏਸ਼ਨਲ ਕਾਮੇਡੀ ਬਹੁਤ ਜ਼ਿਆਦਾ ਹੈ ਫਿਲਮ 'ਚ। ਲੋਕਾਂ ਦੇ ਵਿਆਹ 'ਚ ਭੰਗੜੇ ਤੇ ਭੰਗੜੇ ਪੈਂਦੇ ਨੇ, ਮੇਰੇ ਵਿਆਹ 'ਚ ਪੰਗੇ ਤੇ ਪੰਗੇ। ਉਹ ਜੱਸ, ਉਹ ਤੂੰ ਕਿਉਂ ਮਰੀਆ ਜੜਾ 'ਚ ਬੈਠਾ, ਇੱਥੇ ਕੀ ਕਰਦੇ ਪਏ? ਪਤੰਗ ਲੁੱਟਦਾ ਪਿੱਛੇ।
ਇਹ ਫਿਲਮ ਦੇ ਵਿੱਚ ਨਾ ਕਾਫੀ ਜ਼ਿਆਦਾ ਸੀਨ ਇਦਾਂ ਦੇ ਨੇ ਜਿਹਦੇ ਵਿੱਚ ਅਸੀਂ ਇਹ ਸਾਰੇ ਕਰੈਕਟਰ ਇਕੱਠੇ ਨੇ, ਕਿਉਂਕਿ ਇੱਕ ਤਾਂ ਕਲਾਈਮੈਕਸ ਆ, ਅਸੀਂ ਲਗਾਤਾਰ 6-7 ਦਿਨ ਕਲਾਈਮੈਕਸ ਸ਼ੂਟ ਕੀਤਾ, ਉਹਦੇ 'ਚ ਸਾਰੇ ਜਾਣੇ ਸੀਗੇ, ਤੇ ਹੁਣ ਵੈਸੇ ਹੀ ਜੇ ਇੱਕ ਬੰਦਾ ਹੋਵੇ ਇਹਨਾਂ 'ਚੋਂ ਤਾਂ ਜੀ ਘੁੱਗੀ ਸਾਹਿਬ ਜਾਂ ਭੱਲਾ ਸਾਹਿਬ, ਇਹਦਾ ਵੈਸੇ ਹੀ ਇੰਨੀਆਂ ਗੱਲਾਂ ਮਾਰਦੇ ਆ, ਉੱਥੇ 8-8 ਜਾਣੇ ਹੁੰਦੇ ਸੀਗੇ, ਕਈ ਵਾਰੀ ਡਾਇਰੈਕਟਰ ਸਾਡਾ ਔਖਾ ਹੋ ਜਾਂਦਾ ਜੀ, ਉਹ ਕਹਿੰਦਾ ਯਾਰ ਸ਼ੂਟਿੰਗ ਕਰਨੀਆਂ ਨਹੀਂ ਤਾਂ ਜਾਓ ਆਪਣੇ ਆਪਣੇ ਘਰਾਂ ਨੂੰ, ਕਹਿੰਦਾ ਯਾਰ ਟਾਈਮ ਵੀ ਦੇਖੋ, ਇਹ ਗੱਲਾਂ 'ਚ ਲੱਗੇ ਹੁੰਦੇ ਜਿਉਂ ਹਾਸਾ ਠੱਠਾ, ਸੋ ਰੌਣਕ ਮੇਲਾ ਬਹੁਤ ਲੱਗਿਆ ਸੈੱਟ 'ਤੇ। ਮੈਂ ਆਮ ਤੌਰ 'ਤੇ ਕਹਿੰਦਾ ਕਿ ਜਦੋਂ ਦੀਆਂ ਆਹ ਚੱਲ ਰਹੀਆਂ ਕੈਰੀ ਔਨ ਜੱਟਾ ਦੀ ਪ੍ਰਮੋਸ਼ਨ ਦੀਆਂ ਇੰਟਰਵਿਊਆਂ, ਕਿ ਮੈਂ ਹੁਣ ਤੱਕ ਜਿੰਨੀਆਂ ਫਿਲਮਾਂ ਕੀਤੀਆਂ ਨੇ, ਸਭ ਤੋਂ ਵੱਧ ਜਿਹੜਾ ਮੇਰਾ ਆਪਦਾ ਦਿਲ ਸੀਗਾ ਜਿਹੜਾ ਸੈੱਟ ਦੇ ਉੱਤੇ ਲੱਗਿਆ, ਉਹ ਇਸ ਫਿਲਮ 'ਚ ਹੁੰਦਾ ਸੀ, ਕਿਉਂਕਿ ਇਸ ਫਿਲਮ ਦੇ ਜਿੰਨੀ ਫਿਲਮ ਦੇ ਵਿੱਚ ਇੰਟਰਟੇਨਮੈਂਟ ਆ, ਉਨੀ ਇੰਟਰਟੇਨਮੈਂਟ ਤੁਸੀਂ ਸਾਡੀ ਸੈੱਟ ਦੇ ਉੱਤੇ ਵੀ ਹੁੰਦੀ ਸੀਗੀ, ਕਿਉਂਕਿ ਇੰਨਾ ਗਾਹ ਪੈਂਦਾ ਸੀਗਾ। ਲੱਗਦਾ ਕਿ ਇਹ ਬਹੁਤ ਜ਼ਿਆਦਾ ਕਾਮੇਡੀ ਫਿਲਮ ਆ, ਕਿਉਂਕਿ ਮੁੰਡੇ ਯੂਕੇ ਦੇ ਵਿੱਚ ਵੀ ਆਪਾਂ ਦੇਖਦੇ ਸੀ ਤਾਂ ਆਲ ਐਂਡ ਆਊਟ ਘੁੱਗੀ ਭਾਈ ਦਾ ਰੋਲ ਸੀਗਾ ਜਿਹੜਾ ਬਹੁਤ ਜ਼ਿਆਦਾ ਕਾਮੇਡੀ ਵਾਲਾ ਸੀਗਾ, ਬਟ ਇਹ ਜਿਹੜੀ ਫਿਲਮ ਹੀ ਆ, ਇਹ ਫਿਲਮ ਦਾ ਬੇਸ ਹੀ ਆ ਜਿਹੜਾ ਉਹ ਇੱਕ ਕਾਮੇਡੀ ਬੇਸ ਆ 100%, ਅਤੇ ਇਹ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਿੰਨੇ ਵੀ ਕਰੈਕਟਰ ਨੇ ਉਹ ਸਾਰੇ ਹੀ ਕਾਮੇਡੀ ਕਰ ਰਹੇ ਨੇ, ਜਿਵੇਂ ਭੱਲਾ ਸਾਹਿਬ, ਘੁੱਗੀ ਭਾਜੀ ਅਤੇ ਬੀਨੂ ਢਿੱਲੋਂ, ਇਹਨਾਂ ਦਾ ਬਹੁਤ ਜ਼ਿਆਦਾ ਰੋਲ ਆ ਤਿੰਨ ਬੰਦਿਆਂ ਦਾ, ਅਤੇ ਚੌਥਾ ਮੈਂ ਅਤੇ ਪੰਜਵੀਂ ਮਾਹੀ ਗਿੱਲ, ਸੋ ਇਹਨਾਂ ਦਾ ਪੈਰਲਰ ਰੋਲ ਚੱਲਦਾ ਆਲਮੋਸਟ, ਤੇ ਸਾਰੇ ਹੀ ਕਾਮੇਡੀ ਵਾਲੇ ਨੇ ਇਹਦੇ 'ਚ, ਮਤਲਬ ਈਵਨ ਮੈਨੂੰ ਵੀ ਤੁਸੀਂ ਦੇਖੋਗੇ, ਮੈਨੂੰ ਤਾਂ ਇਹਨਾਂ ਨੇ ਇੰਨਾ ਫਸਾਇਆ ਹੋਇਆ ਫਿਲਮ ਦੇ ਵਿੱਚ, ਮੈਂ ਇਹ ਕਹਿੰਦਾ ਸੀ, ਮੈਂ ਕਿਹਾ ਫਿਲਮ 2 ਘੰਟੇ 10-15 ਮਿੰਟ ਦੀ ਆ, ਜੇ ਕਿਤੇ ਫਿਲਮ ਹੀ 5-6 ਘੰਟੇ ਦੀ ਹੁੰਦੀ ਤਾਂ ਮੈਨੂੰ ਮਾਰ ਦੇਣਾ ਸੀ ਇਹਨਾਂ ਨੇ। ਬਸ ਸੁਨੇਹਾ ਇਹ ਹੈ ਜੀ ਕਿ ਪੰਜਾਬੀ ਸਿਨੇਮੇ ਨੂੰ ਬਹੁਤ ਸਪੋਰਟ ਦੀ ਲੋੜ ਆ, ਹਾਲੇ ਜਿੰਨੀ ਤੁਸੀਂ ਸਪੋਰਟ ਦਿੱਤੀ ਆ ਉਹਦੇ ਲਈ ਤੁਹਾਡਾ ਥੈਂਕਸ ਆ, ਬਟ ਹੋਰ ਵੀ ਸਪੋਰਟ ਕਰੋ, ਜਿੰਨੀਆਂ ਵੀ ਫਿਲਮਾਂ ਆਉਂਦੀਆਂ ਨੇ ਉਹਨਾਂ ਨੂੰ ਜ਼ਰੂਰ ਦੇਖੋ, ਕਿਉਂਕਿ ਆਪਾਂ ਨੋਰਮਲੀ ਹਿੰਦੀ ਫਿਲਮਾਂ ਜਾਂ ਬੱਚੇ ਇੱਥੇ ਦੇ ਇੰਗਲਿਸ਼ ਫਿਲਮਾਂ ਦੇਖਦੇ ਆ, ਸੋ ਅਸੀਂ ਹੁਣ ਟਰਾਈ ਕਰਦੇ ਹਾਂ ਐਵਰੀ ਡੇ ਕਿ ਜਿਹੜੀਆਂ ਨਵੀਆਂ ਫਿਲਮਾਂ ਲੈ ਕੇ ਆਈਏ ਉਹਨਾਂ ਦੀ ਕੁਆਲਿਟੀ ਇੰਪਰੂਵ ਕਰੀਏ, ਬਟ ਉਹ ਕੁਆਲਿਟੀ ਤਾਂ ਹੀ ਇੰਪਰੂਵ ਹੋਣੀ ਹੈ ਜੇ ਤੁਸੀਂ ਸਾਡਾ ਸਾਥ ਦਿਓਗੇ। ਵੈਸੇ ਹੁਣ ਹੋ ਚੱਲਿਆ, ਕਿਉਂਕਿ ਪਹਿਲਾਂ ਪ੍ਰੋਡਿਊਸਰ 20-20 ਲੱਖ ਦੀਆਂ ਫਿਲਮਾਂ ਆਪਣੀਆਂ ਬਣ ਰਹੀਆਂ, ਫਿਰ 50-50 ਦੀਆਂ ਬਣ ਲੱਗੀਆਂ, 1-2 ਕਰੋੜ, 3 ਕਰੋੜ, ਅੱਜ 4-4 ਕਰੋੜ ਦੀਆਂ ਫਿਲਮਾਂ ਬਣ ਰਹੀਆਂ ਨੇ, ਬਟ ਜੇ ਤੁਸੀਂ ਸਾਡਾ ਸਾਥ ਦਿਓਗੇ ਤਾਂ ਫਿਲਮਾਂ ਜੇ 10-10 ਕਰੋੜ ਦੀਆਂ ਬਣਨਗੀਆਂ ਤਾਂ ਉਹਨਾਂ ਦਾ 50-50 ਕਰੋੜ ਰੁਪਇਆ ਬਿਜ਼ਨਸ ਵੀ ਹੋਊਗਾ, ਸੋ ਆਲਵੇਜ਼ ਸਪੋਰਟ ਕਰੋ। ਸੋ ਸਾਡੀ ਫਿਲਮ 27 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ, ਕੈਰੀ ਔਨ ਜੱਟਾ ਦੇਖਿਓ ਜ਼ਰੂਰ, ਫੈਮਿਲੀ ਇੰਟਰਟੇਨਮੈਂਟ ਆ, ਤੁਹਾਨੂੰ ਸਵਾਦ ਆਊਗਾ ਦੇਖ ਕੇ। ਸੜਕ ਦੇਖ ਕੇ ਗੱਡੀ ਨਹੀਂ ਚਲਾਉਂਦੇ? ਸਾਹਮਣੇ ਸੜਕ ਦਿਸਦੀ ਆ, ਮੇਰਾ ਦਿਲ ਨਹੀਂ ਦਿਸਦਾ। ਘੁਮਾ ਫਰਾ ਕੇ ਗੱਲ ਕਰਨ ਦੀ ਆਦਤ ਨਹੀਂ ਮੈਨੂੰ। ਤੁਸੀਂ ਪਲੀਜ਼ ਘੁਮਾ ਫਰਾ ਕੇ ਗੱਲ ਕਰ ਲਓ, ਸ਼ੈ ਸਿੱਧੀ ਗੱਲ ਹੋ ਜੇ। ਆਈ ਲਵ ਯੂ। ਤੁਸੀਂ ਆਪਣੇ ਕਾਰਾਂ, ਵੈਨਾਂ, ਟਰੱਕਾਂ ਦਾ ਬੋਡੀ ਵਰਕ ਬੜੇ ਤਸੱਲੀ ਬਖਸ਼ ਤਰੀਕੇ ਨਾਲ ਕਰਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਐਕਸ਼ਨ ਆਟੋ ਕਲੀਜ਼ਨ ਤੇ ਲੈ ਕੇ ਜਾਓ, ਤੁਹਾਡੀ ਕਾਰ ਵੈਨ ਟਰੱਕ ਨੂੰ ਨਵਾਂ ਨਕੋਰ ਕਰ ਦਿੱਤਾ ਜਾਵੇਗਾ। 2662 ਡਰਿਊ ਰੋਡ, ਕਿੰਬਲ ਤੇ ਡਰਿਊ ਦੇ ਬਿਲਕੁਲ ਕਾਰਨਰ ਤੇ, 416-518-1919। ਐਕਸ਼ਨ ਕੀ ਤੁਹਾਡੇ ਸਿਰ ਤੇ ਪਰਸਨਲ ਜਾਂ ਬਿਜ਼ਨਸ ਕਰਜ਼ੇ ਚੜੇ ਹੋਏ ਹਨ? ਤਾਂ ਘਬਰਾਓ ਨਹੀਂ, ਬਿਜ਼ਨਸ ਸੋਲੂਸ਼ਨਸ ਤੇ ਕ੍ਰੈਡਿਟ ਕਾਉਂਸਲਿੰਗ ਨੇ ਤੁਹਾਡੇ ਵਰਗੇ ਹਜ਼ਾਰਾਂ ਫਿਕਰਮੰਦ ਲੋਕਾਂ ਦੀ ਮਦਦ ਕੀਤੀ ਹੈ। ਸਾਡੀ ਸਹੀ ਸਲਾਹ ਨਾਲ ਤੁਸੀਂ ਕਰਜ਼ੇ ਤੋਂ ਛੁਟਕਾਰਾ ਪਾ ਸਕਦੇ ਹੋ। ਅਸੀਂ ਤੁਹਾਡਾ ਵੱਧ ਤੋਂ ਵੱਧ ਕਰਜ਼ਾ ਮਾਫ ਕਰਾ ਕੇ ਬਾਕੀ ਰਹਿੰਦੀ ਰਕਮ ਨੂੰ ਛੋਟੀਆਂ ਛੋਟੀਆਂ ਇੰਟਰਸਟ ਫ੍ਰੀ ਕਿਸ਼ਤਾਂ 'ਚ ਬਦਲਦਾ। ਟੋਰਾਂਟੋ, ਕੈਲਗਰੀ ਤੇ ਵੈਨਕੂਵਰ 1-866-790-8984। ਬਿਜ਼ਨਸ ਸੋਲੂਸ਼ਨਸ, ਤੁਹਾਡੀ ਪਰੇਸ਼ਾਨੀ ਵਿੱਚ ਤੁਹਾਡਾ ਸਾਥੀ। ਕੈਨੇਡਾ ਵਿੱਚ ਕਾਫੀ ਲੋਕ ਰਿਫਿਊਜੀ ਸਟੇਟਸ, ਵਰਕ ਪਰਮਿਟ, ਨੈਨੀਸ, ਲਿਵ ਇਨ ਕੇਅਰ ਗਿਵਰ ਅਤੇ ਸਟੂਡੈਂਟ ਵੀਜ਼ੇ ਤੇ ਰਹਿ ਰਹੇ ਹਨ, ਅਤੇ ਮੇਜਰ ਮੋਟਿਵ ਜਲਦੀ ਤੋਂ ਜਲਦੀ ਪੱਕਿਆਂ ਹੋ ਕੇ PR ਕਾਰਡ ਲੈ ਕੇ ਆਪ ਅਤੇ ਆਪਣੀ ਫੈਮਿਲੀ ਨੂੰ ਕੈਨੇਡਾ 'ਚ ਸੈਟਲ ਕਰਨਾ ਹੁੰਦਾ।
ਪਿੱਛੇ ਬੈਕ ਹੋਮ ਵੀ ਸਾਡੇ ਤੇ ਫੈਮਿਲੀ ਦੀਆਂ ਕਾਫੀ ਐਕਸਪੈਕਟੇਸ਼ਨਸ ਹੁੰਦੀਆਂ ਨੇ, ਪਰ ਸਾਨੂੰ ਪਤਾ ਹੈ ਇਸੇ ਪੀਰੀਅਡ ਦੌਰਾਨ ਅਗਰ ਕੋਈ ਸਿਕਨੈਸ ਹੋ ਜਾਂਦੀ ਹੈ, ਹੈਲਥ ਇਸ਼ੂ ਆ ਜਾਂਦਾ ਹੈ, ਸੱਟ ਲੱਗ ਜਾਂਦੀ ਹੈ ਜਾਂ ਕੋਈ ਅਨਐਕਸਪੈਕਟਿਡ ਡੈਥ ਹੋ ਜਾਂਦੀ ਹੈ, ਤਾਂ ਪਿੱਛੋਂ ਫੈਮਿਲੀ ਦੀ ਫਾਈਨੈਂਸ਼ੀਅਲ ਸਪੋਰਟ ਕਿਸਨੇ ਕਰਨੀ ਹੈ? ਆਮ ਤੌਰ 'ਤੇ ਦੇਖਿਆ ਗਿਆ ਡੈਥ ਹੋਣ ਦੀ ਸੂਰਤ ਵਿੱਚ ਕਮਿਊਨਿਟੀ ਵੱਲੋਂ ਪੈਸੇ ਇਕੱਠੇ ਕੀਤੇ ਜਾਂਦੇ ਨੇ ਅਤੇ ਬੋਡੀ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ। ਪਰ ਇੱਕ ਚੰਗੀ ਇੰਸ਼ੋਰੈਂਸ ਪਾਲਿਸੀ ਕਰਵਾ ਕੇ ਇਹਨਾਂ ਸਾਰੇ ਫਾਈਨੈਂਸ਼ੀਅਲ ਪ੍ਰਭਾਵਾਂ ਤੋਂ ਬਚਿਆ ਜਾ ਸਕਦਾ। ਅਗਰ ਤੁਸੀਂ ਵੀ ਕੈਨੇਡਾ ਵਿੱਚ ਅਜੇ ਪੱਕੇ ਤੌਰ 'ਤੇ ਨਹੀਂ ਹੋ, ਰਿਫਿਊਜੀ ਹੋ, ਵਰਕ ਪਰਮਿਟ 'ਤੇ ਹੋ, ਨੈਨਿਸ ਜਾਂ ਲਿਵ ਇਨ ਕੇਅਰ ਗਿਵਰ ਹੋ, ਤਾਂ ਤੁਸੀਂ ਅਜੇ ਤੱਕ ਇੰਸ਼ੋਰੈਂਸ ਨਹੀਂ ਕਰਾਈ, ਤਾਂ ਚੰਗੀ ਇੰਸ਼ੋਰੈਂਸ ਪਾਲਿਸੀ ਤੁਹਾਨੂੰ ਪੱਕਿਆਂ ਹੋਣ ਦੇ ਵਿੱਚ ਵੀ ਹੈਲਪ ਕਰ ਸਕਦੀ ਹੈ। ਅਗਰ ਅਜੇ ਤੱਕ ਤੁਸੀਂ ਇੰਸ਼ੋਰੈਂਸ ਪਾਲਿਸੀ ਨਹੀਂ ਕਰਾਈ, ਤਾਂ ਸਾਨੂੰ ਸਕਰੀਨ 'ਤੇ ਦਿੱਤੇ ਹੋਏ ਨੰਬਰਾਂ 'ਤੇ ਹੁਣੇ ਕਾਲ ਕਰੋ। ਸੋ ਅੱਜ ਦਾ ਆਪਣਾ ਵਿਸ਼ਾ ਰਹੇਗਾ ਕਿ ਪੰਜਾਬੀ ਗਾਇਕੀ ਅਤੇ ਲੱਚਰਤਾ ਲਈ ਜ਼ਿੰਮੇਵਾਰ ਕੌਣ। ਪੰਜਾਬੀ ਗਾਇਕੀ ਦੇ ਵਿੱਚ ਵੱਧ ਰਹੀ ਲੱਚਰਤਾ ਬਾਰੇ ਅੱਜ ਹਰ ਪਾਸੇ ਚਰਚਾ ਛਿੜੀ ਹੋਈ ਆ। ਇਸ ਨੂੰ ਰੋਕਣ ਦੇ ਲਈ ਗਾਇਕਾਂ ਦੇ ਘਰਾਂ ਅੱਗੇ ਧਰਨੇ ਵੀ ਦਿੱਤੇ ਜਾ ਰਹੇ ਨੇ। ਸੋ ਪਿੱਛੇ ਜਿਹੇ ਇੱਕ ਗਾਇਕ ਨੇ ਵੀ ਲੱਚਰ ਗਾਇਕੀ ਦੇ ਖਿਲਾਫ ਮੀਡੀਆ ਰਾਹੀਂ ਆਵਾਜ਼ ਉਠਾਈ ਸੀ, ਭਾਵੇਂ ਕਿ ਉਸ ਨੇ ਸਿਰਫ ਇੱਕ ਕੰਪਨੀ ਅਤੇ ਕੁਝ ਗਾਇਕਾਂ ਨੂੰ ਹੀ ਨਿਸ਼ਾਨਾ ਬਣਾਇਆ। ਇਸ ਤਰ੍ਹਾਂ ਹੀ ਹੋਰ ਵੀ ਬਹੁਤ ਸਾਰੇ ਲੋਕਾਂ ਵੱਲੋਂ ਪੰਜਾਬੀ ਗਾਇਕੀ ਦੇ ਵਿੱਚ ਵੱਧ ਰਹੀ ਲੱਚਰਤਾ ਨੂੰ ਰੋਕਣ ਲਈ ਯਤਨ ਕੀਤੇ ਜਾ ਰਹੇ ਨੇ। ਸੋ ਜੋ ਕੋਈ ਵੀ ਆਪੋ ਆਪਣੇ ਢੰਗ ਦੇ ਨਾਲ ਇਸ ਲੱਚਰ ਗਾਇਕੀ ਨੂੰ ਰੋਕਣ ਦੇ ਲਈ ਕਦਮ ਉਠਾ ਰਿਹਾ, ਸ਼ਲਾਘਾਯੋਗ ਹੈ। ਸੋ ਜਦ ਵੀ ਲੱਚਰ ਗਾਇਕੀ ਖਿਲਾਫ ਆਵਾਜ਼ ਉੱਠਦੀ ਸੁਣੀ ਹੈ, ਉਹ ਕੁਝ ਕੁ ਗਾਇਕਾਂ ਅਤੇ ਗੀਤਕਾਰਾਂ 'ਤੇ ਆ ਕੇ ਰੁਕ ਜਾਂਦੀ ਹੈ। ਸੋ ਲੱਚਰ ਗੀਤ ਆ ਰਹੇ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਪਰ ਕੁਝ ਕੁ ਗਾਇਕਾਂ ਅਤੇ ਗੀਤਕਾਰਾਂ ਤੱਕ ਆ ਕੇ ਗੱਲ ਰੁਕ ਜਾਣੀ, ਇਹ ਸਮਝੋ ਬਾਹਰ ਦੀ ਗੱਲ ਹੈ। ਕਿਉਂਕਿ ਇਹ ਕਿਉਂ ਹੋ ਰਿਹਾ, ਇਹਦੇ ਪਿੱਛੇ ਕਾਰਨ ਕੀ ਨੇ, ਇਹ ਵੀ ਆਪਾਂ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੇ। ਹੋ ਸਕਦਾ ਕਿ ਮੈਂ ਗਲਤ ਹੋਵਾਂ, ਪਰ ਜਦੋਂ ਇਸ ਤਰ੍ਹਾਂ ਹੁੰਦਾ ਕਿ ਗੀਤਕਾਰ ਅਤੇ ਗਾਇਕ ਇੱਕ ਦੂਜੇ ਦੇ ਖਿਲਾਫ ਬੋਲਦੇ ਨੇ, ਤਾਂ ਸਭ ਕੁਝ ਇੱਕ ਸਿਆਸਤ ਵਰਗਾ ਲੱਗਣਾ ਸ਼ੁਰੂ ਹੋ ਜਾਂਦਾ। ਸੋ ਇਸ ਲਈ ਕੁਝ ਕੁ ਲੋਕ ਜ਼ਿੰਮੇਵਾਰ ਨਹੀਂ, ਸਗੋਂ ਬਹੁਤ ਸਾਰੇ ਅਜਿਹੇ ਲੋਕ ਵੀ ਹਨ ਜਿਨ੍ਹਾਂ ਨੇ ਕਿ ਆਪੋ ਆਪਣੇ ਢੰਗ ਦੇ ਨਾਲ ਇਸ ਲੱਚਰ ਗਾਇਕੀ ਨੂੰ ਪ੍ਰਮੋਟ ਕਰਨ ਦੇ ਲਈ ਬੜਾ ਵੱਡਾ ਯੋਗਦਾਨ ਪਾਇਆ, ਅਤੇ ਗਾਹੇ ਬਗਾਹੇ ਉਹਦੇ ਖਿਲਾਫ ਵੀ ਬੋਲ ਛੱਡਦੇ ਹਨ। ਸੋ ਇੱਕ ਗੱਲ ਹੋਰ ਜੋ ਆਮ ਸੁਣਨ ਨੂੰ ਮਿਲਦੀ ਹੈ ਕਿ ਪਹਿਲਾਂ ਗਾਇਕੀ ਸਾਫ਼ ਸੁਥਰੀ ਹੁੰਦੀ ਸੀ, ਅਤੇ ਹੁਣ ਦਿਨੋਂ ਦਿਨ ਲੱਚਰਤਾ ਵੱਲ ਵੱਧਦੀ ਜਾ ਰਹੀ ਹੈ। ਮੈਂ ਇਸ ਗੱਲ ਦੇ ਨਾਲ ਵੀ ਬਹੁਤਾ ਸਹਿਮਤ ਨਹੀਂ ਹਾਂ, ਕਿਉਂਕਿ ਪਹਿਲਾਂ ਵੀ ਚੰਗੇ ਅਤੇ ਮਾੜੇ ਗੀਤ ਆਉਂਦੇ ਸਨ, ਅੱਜ ਵੀ ਚੰਗੇ ਅਤੇ ਮਾੜੇ ਗੀਤ ਆ ਰਹੇ ਨੇ। ਸੋ ਜੋ ਫਰਕ ਆਇਆ ਕਹਿ ਸਕਦੇ ਹਾਂ ਕਿ ਉਹ ਇਹ ਹੈ ਕਿ ਪਹਿਲਾਂ ਗਾਇਕਾਂ ਗੀਤਕਾਰਾਂ ਦੀ ਗਿਣਤੀ ਬਹੁਤ ਘੱਟ ਸੀ ਅਤੇ ਹੁਣ ਬਹੁਤ ਜ਼ਿਆਦਾ ਹੋ ਗਈ ਹੈ। ਦੂਜਾ ਕਾਰਨ ਇਹ ਕਿ ਪਹਿਲਾਂ ਗੀਤਾਂ ਦਾ ਫਿਲਮਾਂਕਣ ਨਹੀਂ ਸੀ ਹੁੰਦਾ। ਸੋ ਜੇ ਕਿਤੇ 30 ਕੁ ਸਾਲ ਪਹਿਲਾਂ ਵੀ ਗੀਤਾਂ ਦਾ ਫਿਲਮਾਂਕਣ ਹੁੰਦਾ, ਤਾਂ ਅੱਜ ਨਾਲੋਂ ਕਿਤੇ ਵੱਧ ਗੰਦ ਜਿਹੜਾ ਉਹ ਪੁਰਾਣੇ ਗੀਤਾਂ ਨੇ ਹੀ ਪਾ ਦੇਣਾ ਸੀ। ਸੋ ਇਸ ਭੈੜੀ ਬਿਮਾਰੀ ਦਾ ਇਲਾਜ ਪਹਿਲਾਂ ਹੀ ਕਰ ਲਿਆ ਜਾਂਦਾ ਤਾਂ ਇਹ ਇੰਨਾ ਨਹੀਂ ਸੀ ਵਧਣਾ, ਅਤੇ ਸੱਭਿਆਚਾਰ ਦੀ ਹਾਲਤ ਦਿਨੋਂ ਦਿਨ ਨਹੀਂ ਸੀ ਵਿਗੜਨੀ। ਸੋ ਜਦ ਵੀ ਲੱਚਰ ਗਾਇਕੀ ਦੇ ਲਈ ਜ਼ਿੰਮੇਵਾਰ ਕੌਣ ਦਾ ਸਵਾਲ ਉੱਠਦਾ ਹੈ, ਤਾਂ ਹਰ ਕੋਈ ਇੱਕ ਦੂਜੇ ਨੂੰ ਜ਼ਿੰਮੇਵਾਰ ਠਹਿਰਾ ਕੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਨ ਦੀ ਕੋਸ਼ਿਸ਼ ਕਰਦਾ। ਜ਼ਿੰਮੇਵਾਰ ਤਾਂ ਸਾਰੇ ਹਨ, ਗੀਤਕਾਰ ਵੀ, ਗਾਇਕ ਵੀ, ਸੰਗੀਤਕਾਰ ਵੀ, ਵੀਡੀਓ ਵਾਲੇ ਵੀ, ਕੰਪਨੀਆਂ ਵਾਲੇ ਵੀ, ਉਹ ਗੀਤ ਦਿਖਾਉਣ ਵਾਲਾ ਮੀਡੀਆ ਵੀ, ਅਤੇ ਸਰੋਤੇ ਵੀ, ਦਰਸ਼ਕ ਵੀ। ਜੋ ਕੋਈ ਵੀ ਕਿਸੇ ਲੱਚਰ ਗੀਤ ਦੀ ਤਿਆਰੀ ਦੇ ਵਿੱਚ ਕਿਸੇ ਤਰ੍ਹਾਂ ਦਾ ਆਪਣਾ ਯੋਗਦਾਨ ਪਾਉਂਦਾ, ਉਹ ਬਰਾਬਰ ਦਾ ਦੋਸ਼ੀ ਹੈ।
ਕਿਉਂਕਿ ਹਰ ਇੱਕ ਨੂੰ ਪਤਾ ਹੁੰਦਾ ਕਿ ਇਹ ਗੀਤ ਸਾਡੇ ਹੀ ਪਰਿਵਾਰ ਦੇ ਵਿੱਚ ਸੁਣਿਆ ਅਤੇ ਵੇਖਿਆ ਜਾਣਾ ਹੈ। ਸਰੋਤੇ ਤਾਂ ਸਭ ਤੋਂ ਵੱਡੇ ਦੋਸ਼ੀ ਹਨ ਜਿਹੜੇ ਉਸ ਲੱਚਰ ਗਾਇਕੀ ਨੂੰ ਸਵੀਕਾਰ ਕੇ ਉਹਨਾਂ ਦਾ ਹੌਸਲਾ ਵਧਾਉਂਦੇ ਹਨ। ਸਰੋਤਿਆਂ ਦੇ ਦਰਸ਼ਕਾਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਘਰ ਪਰਿਵਾਰ ਦੇ ਵਿੱਚ ਸੁਣਨ ਲਈ ਅਲੱਗ ਅਲੱਗ ਗੀਤ ਚਾਹੀਦੇ ਹੁੰਦੇ ਨੇ। ਟਰੈਕਟਰ 'ਤੇ ਲਾ ਕੇ ਲੋਕਾਂ ਨੂੰ ਸੁਣਾਉਣ ਲਈ ਹੋਰ ਗੀਤ, ਮੋਟਰ 'ਤੇ ਜਾ ਕੇ ਸੁਣਨ ਲਈ ਹੋਰ ਗੀਤ, ਟਰੱਕਾਂ ਦੇ ਵਿੱਚ ਸੁਣਨ ਲਈ ਹੋਰ ਗੀਤ। ਪਰ ਗਾਇਕ ਇੱਕੋ ਐਲਬਮ ਨਾਲ ਸਾਰਿਆਂ ਨੂੰ ਖੁਸ਼ ਕਰਨਾ ਚਾਹੁੰਦਾ, ਬਸ ਇੱਥੇ ਹੀ ਗੜਬੜ ਜਿਹੜੀ ਆ ਉਹ ਸ਼ੁਰੂ ਹੋ ਜਾਂਦੀ ਹੈ। ਕਿਉਂਕਿ ਉਸ ਐਲਬਮ ਦੇ ਵਿੱਚੋਂ ਬਹੁਤੇ ਗੀਤ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਘਰ ਦੇ ਵਿੱਚ ਸੁਣੇ ਜਾਣ। ਉਹਦੇ ਵਿੱਚੋਂ ਹੀ ਕੋਈ ਗੀਤ ਅਸੀਂ ਟਰੈਕਟਰ ਉੱਤੇ ਉੱਚੀ ਆਵਾਜ਼ ਲਾ ਕੇ ਕਿਸੇ ਹੋਰ ਦੇ ਘਰ ਮੂਹਰ ਦੀ ਲੰਘਦੇ ਹਾਂ ਤਾਂ ਕੋਈ ਫਰਕ ਨਹੀਂ ਪੈਂਦਾ, ਪਰ ਉਹੀ ਗੀਤ ਜਦੋਂ ਕੋਈ ਸਾਡੇ ਘਰ ਮੂਹਰ ਦੀ ਲਾ ਕੇ ਲੰਘਦਾ ਤਾਂ ਉਸ ਗੀਤ ਦੇ ਬੋਲਾਂ ਦਾ ਅਰਥ ਚੰਗੀ ਤਰ੍ਹਾਂ ਸਮਝ ਆ ਜਾਵੇ ਤਾਂ ਗੱਲ ਲੜਾਈ ਤੱਕ ਪਹੁੰਚ ਜਾਂਦੀ ਹੈ। ਸੋ ਜੇ ਅੱਜ ਜਿੱਥੇ ਇੱਕ ਪਾਸੇ ਜਿਨ੍ਹਾਂ ਗੀਤਾਂ ਦੇ ਖਿਲਾਫ ਔਰਤਾਂ ਦੀ ਇੱਕ ਸੰਸਥਾ ਆਵਾਜ਼ ਉਠਾ ਰਹੀ ਹੈ, ਸੋ ਬੜੀ ਸ਼ਰਮ ਦੀ ਗੱਲ ਹੈ ਕਿ ਉਹੀ ਗੀਤ ਪਾਰਟੀਆਂ ਦੇ ਵਿੱਚ ਬਹੁਤੀ ਵਾਰੀ ਕਈ ਔਰਤਾਂ ਵੱਲੋਂ ਫਰਮਾਇਸ਼ ਕਰਕੇ ਲਗਵਾਏ ਜਾਂਦੇ ਨੇ। ਹੁਣ ਗਾਇਕ ਤਾਂ ਇਹੋ ਵੇਖੇਗਾ ਕਿ ਪਸੰਦ ਕਰਨ ਵਾਲੇ ਜ਼ਿਆਦਾ ਨੇ ਜਾਂ ਫਿਰ ਵਿਰੋਧ ਕਰਨ ਵਾਲੇ। ਸੋ ਜੇ ਪਸੰਦ ਕਰਨ ਵਾਲਿਆਂ ਦੀ ਗਿਣਤੀ ਵੱਧ ਹੋਵੇਗੀ ਤਾਂ ਗਾਇਕ ਵਾਰ ਵਾਰ ਇਹੋ ਜਿਹੇ ਗੀਤ ਗਾਵੇਗਾ ਅਤੇ ਇਹਦੇ ਲਈ ਕਸੂਰਵਾਰ ਸੁਣਨ ਵਾਲੇ ਹੀ ਗਿਣੇ ਜਾਣਗੇ। ਲਓ ਜੀ ਹੁਣ ਵਾਰੀ ਆ ਆਪਣੇ ਰੈਗੂਲਰ ਸੈਗਮੈਂਟ ਇੱਕ ਪਲ ਬੀਤੇ ਦੀ ਗੱਲ, ਜਾਂ ਇਹਦੇ ਵਿੱਚ ਅਸੀਂ ਕੋਈ ਨਾ ਕੋਈ ਗੀਤ, ਵਧੀਆ ਗੀਤ, ਪੁਰਾਣਾ ਗੀਤ ਤੁਹਾਨੂੰ ਸਾਂਝਾ ਕਰਦੇ ਹਾਂ। ਪੇਸ਼ ਹੈ ਜੀ ਇੱਕ ਪਲ ਬੀਤੇ ਦੀ ਗੱਲ। ਇਹ ਵੀ ਮੇਰਾ ਵਹਿਮ ਸੀ ਮੇਰੇ ਲਈ ਉਹ ਰੋਈ ਏ, ਇਹ ਵੀ ਮੇਰਾ ਵਹਿਮ ਸੀ, ਇਹ ਵੀ ਮੇਰਾ ਵਹਿਮ ਸੀ, ਦਿਲ ਜੀ ਨੂੰ ਹਾਰ ਦਿੱਤਾ ਜਗ ਜੇ ਤੋਂ ਵਾਰ ਦਿੱਤਾ, ਦਿਲ ਜੀ ਨੂੰ ਹਾਰ ਦਿੱਤਾ ਜਗ ਜੇ ਤੋਂ ਵਾਰ ਦਿੱਤਾ, ਉਹ ਵੀ ਖੁਸ਼ ਹੋਈ ਏ, ਇਹ ਵੀ ਮੇਰਾ ਵਹਿਮ ਸੀ ਮੇਰੇ ਲਈ ਉਹ ਰੋਈ ਏ, ਇਹ ਵੀ ਮੇਰਾ ਵਹਿਮ ਸੀ, ਇਹ ਵੀ ਮੇਰਾ ਵਹਿਮ ਸੀ, ਸਾਹਾਂ ਚ ਵਸਦੀ ਸੀ ਸਾਹਾਂ ਨਾਲੋਂ ਵੱਧ ਸੀ ਉਹ, ਹੱਦੋਂ ਵੱਧ ਪਿਆਰੀ ਸੀ ਸੱਚੀ ਬੜੀ ਹੱਦ ਸੀ ਉਹਨੂੰ ਵੀ ਪਿਆਰੇ ਬੜੀ ਵਫਾਦਾਰੇ, ਉਹਨੂੰ ਵੀ ਪਿਆਰੇ ਬੜੀ ਵਫਾਦਾਰੇ, ਇਹ ਵੀ ਮੇਰਾ ਵਹਿਮ ਸੀ, ਦਿਲ ਜੀ ਨੂੰ ਹਾਰ ਦਿੱਤਾ ਜਗ ਜੇ ਤੋਂ ਵਾਰ ਦਿੱਤਾ, ਦਿਲ ਜੀ ਨੂੰ ਹਾਰ ਦਿੱਤਾ ਜਗ ਜੇ ਤੋਂ ਵਾਰ ਦਿੱਤਾ, ਉਹ ਵੀ ਖੁਸ਼ ਹੋਈ ਏ, ਇਹ ਵੀ ਮੇਰਾ ਵਹਿਮ ਸੀ ਮੇਰੇ ਲਈ ਉਹ ਰੋਈ ਏ, ਇਹ ਵੀ ਮੇਰਾ ਵਹਿਮ ਸੀ, ਇਹ ਵੀ ਮੇਰਾ ਵਹਿਮ ਸੀ, ਚਾਵਾਂ ਨਾਲ ਕਹਿੰਦਾ ਹਸਾਂ ਮੈਂ ਜਾਨ ਮੇਰੀ ਜਾਨੇ, ਹੇਰਾਂ ਵਾਲੇ ਤੰਮੀ ਨੂੰ ਸੀ ਰੱਬ ਮਿਹਰਬਾਨ, ਦੌਲਤਾਂ ਤੋਂ ਦੂਰ ਹੈ ਉਹ ਐਵੇਂ ਮਸ਼ਹੂਰ ਹੈ ਉਹ, ਦੌਲਤਾਂ ਤੋਂ ਦੂਰ
ਮਸ਼ਹੂਰ ਹੈ ਉਹ ਇਹ ਵੀ ਮੇਰਾ ਵਹਿਮ ਸੀ ਦਿਲ ਜੀ ਨੂੰ ਹਾਰ ਦਿੱਤਾ ਜਗ ਜੇ ਤੋਂ ਵਾਰ ਦਿੱਤਾ ਦਿਲ ਜੀ ਨੂੰ ਹਾਰ ਦਿੱਤਾ ਜਗ ਜੇ ਤੋਂ ਵਾਰ ਦਿੱਤਾ ਉਹ ਵੀ ਖੁਸ਼ ਹੋਈਏ ਇਹ ਵੀ ਮੇਰਾ ਵਹਿਮ ਸੀ ਮੇਰੇ ਲਈ ਉਹ ਰੋਈਏ ਇਹ ਵੀ ਮੇਰਾ ਵਹਿਮ ਸੀ ਰਾਹਾਂ ਚ ਖਲੋਈਏ ਇਹ ਵੀ ਮੇਰਾ ਵਹਿਮ ਸੀ ਮੇਰੇ ਲਈ ਉਹ ਰੋਈਏ ਇਹ ਵੀ ਮੇਰਾ ਵਹਿਮ ਸੀ ਆਪਣੇ ਟਰੱਕ ਦਾ ਤੇਲ ਚੇਂਜ ਕਰਵਾਉਣ ਲਈ ਐਲਏ ਟਰੱਕ ਲਿਊਬ ਐਂਡ ਵਾਸ਼ ਤੇ ਪਹੁੰਚੋ ਦੋ ਲੋਕੇਸ਼ਨਾਂ ਤੋਂ ਤੁਹਾਡੀ ਸੇਵਾ ਕਰਦੇ ਨੇ 71 ਸਟੈਫਰ ਰੋਡ ਬ੍ਰੈਂਪਟਨ ਦੇ ਵਿੱਚ ਜਾਂ ਫਿਰ 131 ਦਾ ਵੈਸਟ ਮਾਲ ਇਟੋਬੀਕੋ ਦੇ ਵਿੱਚ ਤੁਹਾਡੇ ਟਰੱਕ ਨੂੰ ਤੇਲ ਚੇਂਜ ਕਰਕੇ ਤੇ ਧੋ ਕੇ ਬਿਲਕੁਲ ਲਿਸ਼ਕਾ ਦਿੱਤਾ ਜਾਵੇਗਾ ਫੋਨ ਕਰੋ 905-451-9962 ਐਲਏ ਟਰੱਕ ਸਨਬਰਨਸ ਐਕਨੀ ਅੱਖਾਂ ਦੁਆਲੇ ਕਾਲੇ ਘੇਰੇ ਘਬਰਾਓ ਨਾ ਹਲਦੀ ਨਿੰਮ ਐਲੋਵੇਰਾ ਤੇ ਪਪਾਇਆ ਤੋਂ ਬਣੀ ਹਰਬਲ ਕਰੀਮ ਤੇ ਮੱਡ ਮਾਸਕ ਦਾ ਕਮਾਲ ਵੇਖੋ ਫਰਕ 7 ਦਿਨਾਂ 'ਚ 416-301-6046 ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਿਰ ਕੋਈ ਵਪਾਰ ਖਰੀਦਣਾ ਚਾਹੁੰਦੇ ਹੋ ਤਾਂ ਪੜ੍ਹੇ ਲਿਖੇ ਰੀਅਲ ਸਟੇਟ ਏਜੰਟ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਜਾਂ ਵੇਚਣ ਲਈ ਸਾਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਅਸੀਂ ਤੁਹਾਡਾ ਸੁਪਨਿਆਂ ਦਾ ਘਰ ਖਰੀਦਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ ਇਮੀਗ੍ਰੇਸ਼ਨ ਲਾ ਰੀਅਲ ਸਟੇਟ ਐਕਸੀਡੈਂਟ ਕਲੇਮ ਜਾਂ ਕਿਸੇ ਹੋਰ ਕਾਨੂੰਨੀ ਉਲਝਣ ਲਈ ਇੱਕੋ ਇੱਕ ਨਾਮ ਜੋਸ਼ੀ ਲਾ ਆਫਿਸ 416-213-8600 ਨਿਊ ਮਿਲੇਨੀਅਮ ਟਾਇਰ ਸੈਂਟਰ ਆਪਣੀਆਂ ਕਾਰਾਂ ਵੈਨਾਂ ਟਰੱਕਾਂ ਦੇ ਟਾਇਰ ਪਾਉਣ ਵਾਸਤੇ ਅਲਾਈਨਮੈਂਟ ਕਰਾਉਣ ਵਾਸਤੇ ਇੱਥੇ ਪਹੁੰਚੋ ਕਾਰਾਂ ਦੀ ਹਰ ਤਰ੍ਹਾਂ ਦੀ ਮੁਰੰਮਤ ਕੀਤੀ ਜਾਂਦੀ ਹੈ ਸਾਰੇ ਕੈਨੇਡਾ ਦੇ ਵਿੱਚ ਹੁਣ ਤੁਹਾਨੂੰ 6 ਲੋਕੇਸ਼ਨਾਂ ਸਰਵ ਕਰਦਾ ਹੈ ਨਿਊ ਮਿਲੇਨੀਅਮ ਟਾਇਰ ਸੈਂਟਰ ਹੁਣ ਟਰੱਕਾਂ ਤੇ ਕਾਰਾਂ ਜਿੱਥੇ ਟਾਇਰ ਤੇ ਨਾਲ ਨਾਲ ਰਿਪੇਅਰ ਵੀ ਕਰਾ ਸਕਦੇ ਹੋ 905-452-0111 ਆਟੋਬਾਨ ਫਰੇਟ ਲਾਈਨ ਪੰਜਾਬੀ ਕਮਿਊਨਿਟੀ ਵਿੱਚ ਜਾਣਿਆ ਪਛਾਣਿਆ ਨਾਮ ਇਹਨਾਂ ਨੂੰ ਹਾਈਵੇ ਤੇ ਸਿਟੀ ਵਾਸਤੇ ਕੰਮ ਕਰਨ ਵਾਸਤੇ ਹਮੇਸ਼ਾ ਡਰਾਈਵਰਾਂ ਦੀ ਲੋੜ ਰਹਿੰਦੀ ਹੈ ਇਹਨਾਂ ਦੀ GN ਟਰੱਕ ਸੇਲਸ ਤੋਂ ਨਵਿਆਂ ਵਰਗਾ ਪੁਰਾਣਾ ਟਰੱਕ ਖਰੀਦੋ ਤੇ ਤੁਰੰਤ ਇਹਨਾਂ ਕੋਲ ਹੀ ਨੌਕਰੀ ਪ੍ਰਾਪਤ ਕਰ ਸਕਦੇ ਹੋ ਕਿਸੇ ਕਿਸਮ ਦੀ ਜਾਣਕਾਰੀ ਲਈ ਹਰਵਿੰਦਰ ਬਾਸੀ ਜਾਂ ਫਿਰ ਸੁੱਖਾ ਬਾਸੀ ਨਾਲ ਸੰਪਰਕ ਕਰੋ 416-741-5454 ਆਟੋਬਾਨ ਐਂਡ GN ਟਰੱਕ ਸੇਲ ਹੋਟਲ ਮੋਟਰ ਰੈਜ਼ੀਡੈਂਸ਼ੀਅਲ ਜਾਂ ਫਿਰ ਹੋਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਲਈ ਹੈਮਿਲਟਨ ਅਤੇ ਸਟੋਨੀ ਕ੍ਰੀਕ ਵਿੱਚ ਪਰਖਿਆ ਹੋਇਆ ਨਾਂ ਅਮਨਦੀਪ ਨਾਲ ਸੰਪਰਕ ਕਰੋ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਜਾਂ ਵੇਚਣ ਵਾਸਤੇ ਮੈਨੂੰ ਸੰਪਰਕ ਕਰੋ ਜੀ 905-912-0292 ਐਡਮੰਟਨ ਨਿਵਾਸੀਆਂ ਵਾਸਤੇ ਖੁਸ਼ਖਬਰੀ ਹੈਵੀ ਸਪੈਕ ਦੇ ਟਰੱਕ ਖਰੀਦਣ ਲਈ ਹੁਣ ਤੁਹਾਨੂੰ ਇੱਧਰ ਉੱਧਰ ਭੱਜਣ ਦੀ ਲੋੜ ਨਹੀਂ ਸੰਦੀਪ ਢਿੱਲੋਂ ਨੂੰ ਫੋਨ ਕਰੋ ਅਤੇ ਨਵਿਆਂ ਵਰਗੇ ਪੁਰਾਣੇ ਟਰੱਕ ਖਰੀਦੋ 780-7743-7800-4193 ਹੈਵੀ ਸਪੈਕ ਟਰੱਕ ਖਰੀਦੋ ਸਤਿ ਸ੍ਰੀ ਅਕਾਲ ਮੈਂ ਹਾਂ ਜਿਮੀ ਸ਼ੇਰਗਿੱਲ ਮਾਨ ਟਰੈਵਲਸ ਨੇ ਹੁਣ ਨਵੀਆਂ ਲੋਕੇਸ਼ਨਸ ਤੇ ਉਹਨਾਂ ਦੇ ਆਫਿਸ ਖੁੱਲ ਰਹੇ ਨੇ ਤੇ ਮੇਰੇ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੁਣ 6 ਲੋਕੇਸ਼ਨ ਤੋਂ ਤੁਹਾਡੀ ਸੇਵਾ ਕਰ ਰਿਹਾ ਮਾਨ ਟਰੈਵਲ ਐਂਡ ਟੂਰ ਅਮਰਜੀਤ ਮਾਨ ਨੂੰ ਹੈੱਡ ਆਫਿਸ ਤੇ ਫੋਨ ਕਰੋ 905-595-1700 ਮਾਨ ਟਰੈਵਲ GN ਟੋਇੰਗ ਜੀ ਹਾਂ ਜੇ ਤੁਸੀਂ ਆਪਣੀ ਕਾਰ ਵੈਨ ਟਰੱਕ ਕਿਊਬ ਵੈਨ ਟਰੈਕਟਰ ਟ੍ਰੇਲਰ ਜਾਂ ਫਿਰ ਲੋਡ ਡੰਪ ਟਰੱਕ ਨਾਰਥ ਅਮਰੀਕਾ ਦੇ ਕਿਸੇ ਵੀ ਹਿੱਸੇ ਤੋਂ ਵਾਜਬ ਕੀਮਤਾਂ ਤੇ ਸਮੇਂ ਸਿਰ ਟੋਅ ਕਰਵਾ ਕੇ ਲਿਆਉਣਾ ਚਾਹੁੰਦੇ ਹੋ ਐਕਸੀਡੈਂਟਲ ਜਾਂ ਫਿਰ ਡਿਚ ਵਿੱਚ ਡਿੱਗੇ ਟਰੱਕ ਸਿੱਧੇ ਕੀਤੇ ਜਾਂਦੇ ਹਨ ਨਿੰਦਰ ਜਾਂ ਫਿਰ ਗੋਲਡ ਨਾਲ ਸੰਪਰਕ ਕਰੋ 416-518-1818 ਪਿਛਲੇ 20 ਸਾਲਾਂ ਤੋਂ ਤੁਹਾਡੀਆਂ ਇਮੀਗ੍ਰੇਸ਼ਨ ਦੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਨੇ ਸਰਦਾਰਾ ਸਿੰਘ ਜੀ ਚੇੜਾ ਜਿਹੜੇ ਕਿ ਫਾਰਮਰ ਮੈਂਬਰ ਆਫ ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ ਆਫ ਕੈਨੇਡਾ ਰਹਿ ਚੁੱਕੇ ਹਨ ਅਪੀਲ ਸਪੌਂਸਰਸ਼ਿਪ ਰਿਫਿਊਜੀ ਕਲੇਮ ਅਤੇ ਹਰ ਤਰ੍ਹਾਂ ਦੀਆਂ ਇਮੀਗ੍ਰੇਸ਼ਨ ਸੇਵਾਵਾਂ ਲਈ ਸਰਦਾਰਾ ਸਿੰਘ ਚੇੜਾ ਹੋਰਾਂ ਦੇ ਨਾਲ ਸੰਪਰਕ ਕਰੋ 385 ਡੇਰੋਡ ਈਸਟ ਯੂਨਿਟ ਨੰਬਰ 35 905-461-9858
ਸੋ ਅੱਜ ਦਾ ਆਪਾਂ ਅਸ਼ਲੀਲ ਗਾਇਕੀ ਦੇ ਬਾਰੇ ਗੱਲਬਾਤ ਕਰ ਰਹੇ ਹਾਂ ਕਿ ਇਹਦੇ ਲਈ ਜ਼ਿੰਮੇਵਾਰ ਕੌਣ। ਸੋ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਉਮਰ ਦੇ ਲਿਹਾਜ਼ ਦੇ ਨਾਲ ਇਨਸਾਨ ਦੀ ਪਸੰਦ ਅਤੇ ਸੋਚ ਵੀ ਬਦਲਦੀ ਜਾਂਦੀ ਹੈ। ਸੋ ਬਚਪਨ ਦੇ ਵਿੱਚ ਜਿੱਥੇ ਡਮਰੂ ਭੰਭੀਰੀਆਂ ਵਾਲੇ ਗੀਤ ਚੰਗੇ ਲੱਗਦੇ ਨੇ, ਜਵਾਨੀ ਦੇ ਵਿੱਚ ਪਿਆਰ ਵਾਲੇ, ਉਸ ਤੋਂ ਬਾਅਦ ਸਮਾਜਿਕ ਸਮੱਸਿਆਵਾਂ ਅਤੇ ਸਮਾਜਿਕ ਕੁਰੀਤੀਆਂ ਦੀ ਗੱਲ ਕਰਦੇ ਜਾਂ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਜ਼ਿਆਦਾ ਵਧੀਆ ਲੱਗਦੇ ਨੇ। ਸੋ ਉਹ ਗੱਲ ਵੱਖ ਹੈ ਕਿ ਕੋਈ ਉਮਰ ਤੋਂ ਪਹਿਲਾਂ ਜ਼ਿਆਦਾ ਸਿਆਣਾ ਹੋ ਜਾਂਦਾ ਅਤੇ ਕਿਸੇ ਨੂੰ ਸਾਰੀ ਉਮਰ ਅਕਲ ਨਹੀਂ ਆਉਂਦੀ। ਅਸਲ ਗੱਲ ਤਾਂ ਗੀਤ ਦੇ ਵਿੱਚ ਵਰਤੀ ਜਾਣ ਵਾਲੀ ਸ਼ਬਦਾਵਲੀ ਜਾਂ ਗੀਤ ਦੇ ਫਲਮਾਂਕੜ ਦੀ ਹੈ। ਸੋ ਸਿੱਧੀ ਜਿਹੀ ਗੱਲ ਇਹ ਹੈ ਕਿ ਜਿਹੜੀ ਸ਼ਬਦਾਵਲੀ ਅਸੀਂ ਦੋਸਤਾਂ ਦੇ ਨਾਲ ਗੱਲ ਕਰਦੇ ਸਮੇਂ ਕਈ ਵਾਰ ਵਰਤਦੇ ਹਾਂ, ਉਹੀ ਗੱਲ ਆਪਾਂ ਆਪਣੇ ਤੋਂ ਵੱਡੀ ਉਮਰ ਵਾਲੇ ਜਾਂ ਪਰਿਵਾਰ ਦੇ ਵਿੱਚ ਬਹਿ ਕੇ ਕਰਨ ਲੱਗਿਆਂ ਸਾਡੀ ਸ਼ਬਦਾਵਲੀ ਦੇ ਵਿੱਚ ਬੜਾ ਅੰਤਰ ਹੁੰਦਾ, ਉਹ ਗੱਲਾਂ ਅਸੀਂ ਪਰਿਵਾਰ ਦੇ ਵਿੱਚ ਜਾਂ ਫਿਰ ਆਪ ਤੋਂ ਵੱਡਿਆਂ ਨਾਲ ਨਹੀਂ ਕਰਦੇ। ਸੋ ਇਸ ਲਈ ਜੇ ਗਾਇਕ ਚਾਹੁੰਦਾ ਹੈ ਕਿ ਉਸ ਦੇ ਗੀਤ ਹਰ ਘਰ ਦੇ ਵਿੱਚ ਸੁਣੇ ਵੇਖੇ ਜਾਣ ਜਾਂ ਗੀਤਾਂ ਦੀ ਸ਼ਬਦਾਵਲੀ ਅਤੇ ਫਿਲਮਾਂਕਣ ਦਾ ਧਿਆਨ ਰੱਖਣਾ ਜ਼ਰੂਰ ਬਣਦਾ ਹੈ। ਸੋ ਅੱਜ ਤੱਕ ਜਿੰਨੇ ਵੀ ਕਲਾਕਾਰਾਂ ਦੀਆਂ ਇੰਟਰਵਿਊਜ਼ ਕੀਤੀਆਂ ਨੇ, ਉਹਨਾਂ ਨਾਲ ਗੱਲਬਾਤ ਕੀਤੀ ਹੈ ਜਾਂ ਫਿਰ ਸੁਣੀਆਂ ਦੇਖੀਆਂ ਨੇ, ਸਭ ਦਾ ਇਹੋ ਕਹਿਣਾ ਕਿ ਵਧੀਆ ਲਿਖੋ, ਵਧੀਆ ਪੜ੍ਹੋ, ਵਧੀਆ ਸੁਣੋ ਅਤੇ ਵਧੀਆ ਦੇਖੋ। ਸੋ ਜੇ ਸਾਰਿਆਂ ਦੀ ਸੋਚ ਇੰਨੀ ਵਧੀਆ ਹੈ ਤਾਂ ਇਹ ਸਾਰਾ ਗੰਦ ਪਾ ਕੌਣ ਰਿਹਾ? ਸੋ ਇੱਕ ਗੱਲ ਹੋਰ ਕਿ ਕਈ ਵਾਰ ਕੁਝ ਲੋਕਾਂ ਵੱਲੋਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਵਧੀਆ ਗੀਤ ਲਿਖਣ ਜਾਂ ਗਾਉਣ ਵਾਲਿਆਂ ਵੱਲੋਂ ਕੀਤੀ ਗਈ ਇੱਕ ਗਲਤੀ ਦਾ ਰੱਜ ਕੇ ਵਿਰੋਧ ਕੀਤਾ ਜਾਂਦਾ, ਇਹਦੇ ਉਲਟ। ਸੋ ਕਈ ਵਾਰ ਘਟੀਆ ਪੱਧਰ ਦੇ ਦੂਹਰੇ ਅਰਥਾਂ ਵਾਲੇ ਗੀਤ ਲਿਖਣ ਗਾਉਣ ਵਾਲਿਆਂ ਦੀਆਂ ਸਫਾਈਆਂ ਦਿੱਤੀਆਂ ਜਾਂਦੀਆਂ ਨੇ ਕਿ ਉਹ ਤਾਂ ਕੁਝ ਹੋਰ ਕਹਿਣਾ ਚਾਹੁੰਦਾ ਸੀ, ਲੋਕਾਂ ਨੇ ਆਪਣੇ ਹਿਸਾਬ ਦੇ ਨਾਲ ਉਹਦਾ ਗਲਤ ਮਤਲਬ ਕੱਢ ਲਿਆ। ਸੋ ਦੱਸੋ ਕਿ ਉਹ ਵਧੀਆ ਜੇ ਗੱਲ ਕਰਨੀ ਚਾਹੁੰਦਾ ਸੀ ਤਾਂ ਘੁਮਾ ਫਰਾ ਕੇ ਉਹ ਗੱਲ ਕਰਨ ਦੀ ਕੀ ਲੋੜ ਹੈ? ਉਹ ਆਪਣੀ ਗੱਲ ਸਿੱਧੇ ਸ਼ਬਦਾਂ ਦੇ ਵਿੱਚ ਵੀ ਕਰ ਸਕਦਾ ਸੀ। ਸੋ ਅਸਲ ਦੇ ਵਿੱਚ ਉਹ ਦੋਵੇਂ ਤਰ੍ਹਾਂ ਦੇ ਸਰੋਤਿਆਂ ਨੂੰ ਖੁਸ਼ ਰੱਖਣਾ ਚਾਹੁੰਦਾ, ਸੋ ਆਪਣੇ ਸਿਰ ਕੋਈ ਦੋਸ਼ ਵੀ ਨਹੀਂ ਲੈਣਾ ਚਾਹੁੰਦਾ। ਸੋ ਜੇ ਪੁਰਾਣੇ ਅਤੇ ਨਵੇਂ ਗੀਤਾਂ ਦਾ ਵਿਸਥਾਰ ਨਾਲ ਜ਼ਿਕਰ ਕਰਨ ਲੱਗੀਏ ਤਾਂ ਮੈਨੂੰ ਲੱਗਦਾ ਕਿ ਗਿਣਤੀ ਦੇ ਗੀਤਕਾਰ ਅਤੇ ਗਾਇਕ ਹੋਣਗੇ ਜਿਨ੍ਹਾਂ ਨੇ ਕੁਝ ਗਲਤ ਲਿਖਿਆ ਜਾਂ ਗਾਇਆ ਨਾ ਹੋਵੇ। ਸੋ ਮੇਰੇ ਖਿਆਲ ਦੇ ਮੁਤਾਬਕ ਜਦੋਂ ਕੋਈ ਕਲਾਕਾਰ ਆਪਣੀ ਕਲਾ ਨੂੰ ਕਿੱਤਾ ਬਣਾ ਲੈਂਦਾ ਤਾਂ ਉਹ ਕਿਤੇ ਨਾ ਕਿਤੇ ਸਮਝੌਤਾ ਜ਼ਰੂਰ ਕਰਦਾ, ਬਸ ਫਰਕ ਇੰਨਾ ਹੀ ਆ ਕਿ ਕੋਈ ਥੋੜ੍ਹਾ ਕਰਦਾ ਅਤੇ ਕੋਈ ਬਹੁਤਾ ਕਰਦਾ। ਸੋ ਜੇ ਕੋਈ ਟਾਵਾਂ ਟਾਵਾਂ ਇਸ ਤੋਂ ਬਚਦਾ ਵੀ ਆ ਤਾਂ ਉਹਨੂੰ ਲੋਕ ਗੌਲਦੇ ਨੇ। ਸੋ ਜੇ ਗੱਲ ਨੂੰ ਥੋੜ੍ਹਾ ਜਿਹਾ ਹੋਰ ਸਾਫ ਕਰ ਲਈਏ ਕਿ ਇਹ ਕਲਾਕਾਰ ਦੀ ਸ਼ੋਹਰਤ ਦੀ ਭੁੱਖ ਜਿਹੜੀ ਆ ਉਹ ਉਸ ਦੀ ਸੋਚ 'ਤੇ ਵੀ ਨਿਰਭਰ ਕਰਦੀ ਹੈ। ਜੇ ਕਲਾਕਾਰ ਮਿਹਨਤ ਦੇ ਸਿਰ 'ਤੇ ਸ਼ੋਹਰਤ ਹਾਸਲ ਕਰਨ ਵਾਲਾ ਹੋਵੇ ਤਾਂ ਸਮਝੌਤੇ ਘੱਟ ਹੋਣਗੇ ਜਾਂ ਫਿਰ ਨਹੀਂ ਵੀ ਹੋਣਗੇ, ਪਰ ਰਾਤੋਂ ਰਾਤ ਮਸ਼ਹੂਰ ਹੋ ਕੇ ਸ਼ੋਹਰਤ ਪਾਉਣ ਦਾ ਲਾਲਚ ਰੱਖਣ ਵਾਲਾ ਹਰ ਤਰ੍ਹਾਂ ਦਾ ਸਮਝੌਤਾ ਕਰਨ ਲਈ ਤਿਆਰ ਹੋ ਜਾਵੇਗਾ। ਸੋ ਜਿਹਦੇ ਵੱਲ ਲੋਕ ਬਹੁਤਾ ਧਿਆਨ ਨਹੀਂ ਦਿੰਦੇ ਉਹ ਜਾਣ ਬੁੱਝ ਕੇ ਇਹੋ ਜਿਹੀਆਂ ਹਰਕਤਾਂ ਕਰਦਾ, ਸੋ ਜਿਹਦੇ ਨਾਲ ਉਹ ਚਰਚਾ ਦੇ ਵਿੱਚ ਆ ਜਾਵੇ ਅਤੇ ਅਸੀਂ ਲੋਕ ਵੀ ਸਾਰਾ ਜ਼ੋਰ ਉਹਦੀ ਮੁਫਤ ਦੀ ਮਸ਼ਹੂਰੀ ਕਰਨ 'ਤੇ ਲਾ ਦਿੰਦੇ ਹਾਂ, ਇੰਟਰਨੈੱਟ 'ਤੇ ਵੀ, ਟੀ ਵੀ 'ਤੇ ਵੀ, ਅਖਬਾਰਾਂ ਦੇ ਵਿੱਚ ਵੀ ਉਹਦੀ ਚਰਚਾ ਹੁੰਦੀ ਹੈ। ਸੋ ਭਾਵੇਂ ਸਾਡੀ ਭਾਵਨਾ ਕੁਝ ਹੋਰ ਹੁੰਦੀ ਹੈ ਪਰ ਉਸ ਨੂੰ ਬਿਨਾਂ ਪੈਸਿਆਂ ਦੀ ਸਭ ਤੋਂ ਵੱਧ ਮਸ਼ਹੂਰੀ ਮਿਲ ਜਾਂਦੀ ਹੈ। ਸੋ ਇਸ ਤਰ੍ਹਾਂ ਦੇ ਲੋਕ ਜਿਹੜੇ ਨੇ ਉਹ ਲੋਕਾਂ ਦਾ ਧਿਆਨ ਖਿੱਚਣ ਲਈ
ਕੋਈ ਨਾ ਕੋਈ ਹਰਕਤ ਜਿਹੜੀ ਇਹੋ ਜਿਹੀ ਜ਼ਰੂਰ ਕਰਦੇ ਰਹਿੰਦੇ ਨੇ। ਸੋ ਹੁਣ ਜਾਂ ਤਾਂ ਕੋਈ ਇਹੋ ਜਿਹਾ ਕਾਨੂੰਨ ਬਣ ਜਾਵੇ ਕਿ ਗਾਇਕ ਜਾਂ ਤਾਂ ਪੂਰੀ ਪਰਿਵਾਰਕ ਐਲਬਮ ਬਣਾਵੇ, ਅਤੇ ਜੇ ਉਹਨੇ ਸਹੁੰ ਖਾਧੀ ਹੋਈ ਆ ਕਿ ਆਪਾਂ ਸਿਰਫ ਪੈਸਾ ਹੀ ਦੇਖਣਾ ਜਾਂ ਫਿਰ ਪੈਸਾ ਹੀ ਕਮਾਉਣਾ, ਸੋ ਉਹਦੇ ਲਈ ਜੋ ਮਰਜ਼ੀ ਗਾਉਣਾ ਪਵੇ ਅਤੇ ਉਹੀ ਉਹ ਗਾਵੇਗਾ, ਜਾਂ ਸਿੱਧੇ ਸ਼ਬਦਾਂ ਦੇ ਵਿੱਚ ਇਹ ਕਹਿ ਲਈਏ ਕਿ ਉਹਨੇ ਰਿਸ਼ਤਿਆਂ ਦੀ ਘਾਣ ਕਰਨ ਅਤੇ ਗੰਦ ਪਾਉਣਾ ਹੀ ਆਪਣਾ ਮਨ ਤੋਂ ਬਣਾ ਲਿਆ, ਨਤੀਜਾ ਚਾਹੇ ਜੋ ਮਰਜ਼ੀ ਹੋਵੇ। ਸੋ ਇਹੋ ਜਿਹੇ ਗਾਇਕ ਦੀ ਐਲਬਮ 'ਤੇ ਸਾਫ ਸਾਫ ਮੋਟੇ ਅੱਖਰਾਂ ਦੇ ਵਿੱਚ ਲਿਖਿਆ ਹੋਣਾ ਚਾਹੀਦਾ ਕਿ ਇਹ ਐਲਬਮ ਜਿਹੜੀ ਆ ਉਹ ਪਰਿਵਾਰ ਦੇ ਵਿੱਚ ਬੈਠ ਕੇ ਸੁਣਨ ਦੇ ਯੋਗ ਨਹੀਂ। ਸੋ ਇਹਦੇ ਨਾਲ ਸੱਭਿਆਚਾਰ ਦਾ ਘੱਟੋ ਘੱਟ ਘਾਣ ਘੱਟ ਹੋ ਸਕਦਾ, ਜਿਵੇਂ ਕਿ ਇੱਕ ਨਸ਼ੀਲੇ ਪਦਾਰਥਾਂ 'ਤੇ ਲਿਖਿਆ ਹੁੰਦਾ, ਸ਼ਰਾਬ ਦੀ ਬੋਤਲ 'ਤੇ ਲਿਖਿਆ ਹੁੰਦਾ ਕਿ ਇਹ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ। ਸੋ ਇਹਦੇ ਨਾਲ ਤੁਹਾਡੀ ਜਾਨ ਵੀ ਜਾ ਸਕਦੀ ਹੈ। ਸੋ ਜਿਵੇਂ ਇਹਨਾਂ ਨਸ਼ੀਲੇ ਪਦਾਰਥਾਂ ਦੀ ਵਿਕਰੀ 'ਤੇ ਰੋਕ ਤਾਂ ਨਹੀਂ ਲਾਈ ਜਾਂਦੀ ਕਿਉਂਕਿ ਇਹ ਮੋਟੀ ਕਮਾਈ ਦਾ ਸਾਧਨ ਵੀ ਹੈ, ਪਰ ਇਹਦੇ ਇਸਤੇਮਾਲ ਦੇ ਕਾਰਨ ਬਾਰੇ ਜ਼ਰੂਰ ਸੂਚਿਤ ਕੀਤਾ ਜਾਂਦਾ, ਭਾਵ ਕਿ ਇੱਕ ਬਚਣ ਦਾ ਮੌਕਾ ਜ਼ਰੂਰ ਦਿੱਤਾ ਜਾਂਦਾ। ਸੋ ਜੇ ਕੋਈ ਜਾਣ ਬੁੱਝ ਕੇ ਮਰਨਾ ਚਾਹੁੰਦਾ ਹੋਵੇ ਉਹਦੇ ਲਈ ਕੁਝ ਨਹੀਂ ਕੀਤਾ ਜਾ ਸਕਦਾ। ਸੋ ਇਸੇ ਤਰ੍ਹਾਂ ਐਲਬਮ ਦੇ ਉੱਪਰ ਲਿਖਿਆ ਪੜ੍ਹ ਕੇ ਜੇ ਕੋਈ ਜਾਣ ਬੁੱਝ ਕੇ ਸੱਭਿਆਚਾਰ ਨੂੰ ਵਿਗਾੜਨ ਅਤੇ ਰਿਸ਼ਤਿਆਂ ਦਾ ਘਾਣ ਕਰਨ ਦੇ ਲਈ ਇਹਨੂੰ ਖਰੀਦਦਾ ਤਾਂ ਇਹ ਫਿਰ ਉਹਦੀ ਮਰਜ਼ੀ ਹੈ। ਸੋ ਇਹੋ ਜਿਹੇ ਨੂੰ ਤਾਂ ਉਹਨਾਂ ਲੋਕਾਂ ਵਿੱਚ ਹੀ ਸ਼ਾਮਲ ਕਰ ਸਕਦੇ ਹਾਂ ਜਿਹੜੇ ਹਰ ਪਿੰਡ ਦੇ ਵਿੱਚ ਦੋ ਚਾਰ ਹੁੰਦੇ ਹੀ ਨੇ, ਸੋ ਜਿਨ੍ਹਾਂ ਨੇ ਆਪਣੀ ਇੱਜ਼ਤ ਰੱਖਣੀ ਨਹੀਂ ਹੁੰਦੀ ਅਤੇ ਕਿਸੇ ਦੀ ਰਹਿਣ ਨਹੀਂ ਦੇਣੀ ਹੁੰਦੀ। ਸੋ ਥੋੜ੍ਹੇ ਦਿਨਾਂ ਦੇ ਬਾਅਦ ਇਹਨਾਂ ਦੀ ਕਿਤੇ ਨਾ ਕਿਤਿਓਂ ਛਿੱਤਰ ਪਰੇਡ ਦੀ ਖਬਰ ਜਿਹੜੀ ਉਹ ਜ਼ਰੂਰ ਆਉਂਦੀ ਰਹਿੰਦੀ ਹੈ। ਸੋ ਇੱਕ ਗੱਲ ਜ਼ਰੂਰ ਮੰਨਣੀ ਪਏਗੀ ਕਿ ਜਿਹੜਾ ਦਰਸ਼ਕ ਵਰਗ ਆ ਜਾਂ ਫਿਰ ਸਰੋਤਾ ਵਰਗ ਆ ਉਹ ਇਸ ਅਸ਼ਲੀਲ ਗਾਇਕੀ ਦੀ ਪ੍ਰਫੁੱਲਤਾ ਲਈ ਜ਼ਰੂਰ ਜ਼ਿੰਮੇਵਾਰ ਹੈ। ਜਿਨ੍ਹਾਂ ਗਾਇਕਾਂ ਦੀਆਂ ਅਸੀਂ ਕੈਸਟਾਂ ਸੁਣਦੇ ਹਾਂ, ਦੇਖਦੇ ਹਾਂ, ਉਸ ਤੋਂ ਬਾਅਦ ਗਾਲਾਂ ਵੀ ਕੱਢਦੇ ਹਾਂ, ਮੁਜ਼ਾਹਰੇ ਵੀ ਕਰਦੇ ਹਾਂ, ਸੋ ਜਦੋਂ ਕਿਤੇ ਦੁਬਾਰਾ ਉਹਨਾਂ ਦੀ ਕੋਈ ਚੀਜ਼ ਰਿਲੀਜ਼ ਹੁੰਦੀ ਆ ਸਭ ਤੋਂ ਵੱਧ ਖਰੀਦਦੇ ਵੀ ਉਹਨੂੰ ਹੀ ਆ, ਇਹ ਗੱਲ ਮੰਨਣੀ ਪੈਣੀ ਆ। ਪ੍ਰੋਗਰਾਮ ਆਪਾਂ ਇਸੇ ਤਰ੍ਹਾਂ ਜਾਰੀ ਰੱਖਾਂਗੇ। ਸੋ ਹੁਣ ਆਪਾਂ ਅੱਗੇ ਵਧੀਏ ਕਿ ਇੱਕ ਪਿਛਲੇ ਦਿਨੀ ਜਿਹੜਾ ਬ੍ਰੈਂਪਟਨ ਪੰਜਾਬੀ ਮੇਲਾ ਹੋਇਆ ਉਹਦੇ ਵਿੱਚ ਮੁਹੰਮਦ ਇਰਸ਼ਾਦ ਅਤੇ ਇੱਕ ਇੱਥੋਂ ਪਾਕਿਸਤਾਨੀ ਮੂਲ ਦਾ ਗਾਇਕ ਹੈ, ਸੋ ਉਹਨਾਂ ਦੇ ਵਿੱਚ ਕੁਝ ਇੱਕ ਮੁਕਾਬਲੇਬਾਜ਼ੀ ਦੀ ਗੱਲ ਚੱਲੀ ਸੀ। ਸੋ ਪਟਿਆਲਾ ਘਰਾਣੇ ਦੇ ਨਾਲ ਸੰਬੰਧਿਤ ਜਿਹੜੇ ਕਿ ਨੁਸਰਤ ਫਤਿਹ ਅਲੀ ਖਾਨ ਸਾਹਿਬ ਵੀ ਸਨ, ਸੋ ਮੁਹੰਮਦ ਇਰਸ਼ਾਦ ਹੋਰੀ ਜਿਹੜੇ ਕਿ ਉਸੇ ਹੀ ਘਰਾਣੇ ਦੇ ਅੱਗੋਂ ਵਾਰਸ ਨੇ, ਸੋ ਉਹਨਾਂ ਨੂੰ ਚੈਲੰਜ ਕੀਤਾ ਸੀ ਪਾਕਿਸਤਾਨੀ ਗਾਇਕ ਨੇ। ਸੋ ਉਦੋਂ ਮੇਲੇ ਦੇ ਉੱਪਰ ਚੈਲੰਜ ਨੂੰ ਸਵੀਕਾਰ ਕਰਦੇ ਹੋਏ ਇਹ ਪ੍ਰੋਗਰਾਮ ਉਲੀਕਿਆ ਸੀ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦਾ ਮੁਕਾਬਲਾ ਰੱਖਿਆ ਜਾਵੇ। ਸੋ ਇੰਦਰਜੀਤ ਸਿੰਘ ਬੈਂਸੋਰੀ ਅਤੇ ਲਾਲੀ ਪ੍ਰੋਡਕਸ਼ਨ ਵੱਲੋਂ ਇਹ ਮੁਕਾਬਲਾ ਜਿਹੜਾ ਉਹ ਟੋਰਾਂਟੋ ਦੇ ਵਿੱਚ 6 ਅਗਸਤ ਨੂੰ ਰੱਖਿਆ। ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਇਹਦਾ ਹੋਰ ਜ਼ਿਕਰ ਤੁਹਾਡੇ ਨਾਲ ਕਰਾਂਗੇ, ਪਰ ਆਪਾਂ ਪਹਿਲਾਂ ਕੁਝ ਇੱਕ ਉਹ ਜਿਹੜੇ ਪਲ ਸਨ ਜਦੋਂ ਇਹ ਮੁਕਾਬਲਾ ਹੋਂਦ 'ਚ ਆਇਆ, ਜਦੋਂ ਉਸਨੇ ਚੈਲੰਜ ਕੀਤਾ, ਦੋਵਾਂ ਦੇ ਵਿਚਕਾਰ ਕੀ ਕੁਝ ਵਾਪਰਿਆ ਤੁਹਾਡੇ ਨਾਲ ਉਹ ਸਾਂਝਾ ਕਰਦੇ ਹਾਂ। ਉਸ ਤੋਂ ਬਾਅਦ ਬਾਕੀ ਦੀ ਗੱਲਬਾਤ ਫੇਰ ਕਰਾਂਗੇ। Yeah, they're not.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਟੈਰੀਓ ਖਾਲਸਾ ਦਰਬਾਰ ਫੀਲਡ ਹਾਕੀ ਕਲੱਬ ਵੱਲੋਂ ਇਸ ਵੀਕਐਂਡ 'ਤੇ 28-29 ਜੁਲਾਈ ਨੂੰ ਜੋ ਹੁਣ ਚੱਲ ਰਿਹਾ ਵੀਕਐਂਡ ਹੈ ਅਤੇ ਆਈਸਲੈਂਡ ਦੇ ਫੀਲਡ ਵਿੱਚ ਮਿਸਾਗਾ ਵਿੱਚ ਫੀਲਡ ਹਾਕੀ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ। ਇਹਦੇ ਵਿੱਚ ਅੰਡਰ 10 ਤੋਂ ਲੈ ਕੇ ਅੰਡਰ 19 ਤੱਕ ਦੇ ਬੱਚਿਆਂ ਦੀਆਂ ਟੀਮਾਂ ਭਾਗ ਲੈਣਗੀਆਂ ਅਤੇ ਇਹਦੇ ਵਿੱਚ ਐਗਜੀਬਿਸ਼ਨ ਮੈਚ ਜਿਹੜੇ ਹੈ ਸੀਨੀਅਰ ਕਲੱਬਾਂ ਦੇ ਵੀ ਹੋਣਗੇ। ਸੋ ਇਹ ਬਹੁਤ ਵਧੀਆ ਟੂਰਨਾਮੈਂਟ ਜਿਹੜਾ ਕਰਵਾਇਆ ਜਾ ਰਿਹਾ ਹੈ, ਬਿਲਕੁਲ ਫੈਮਿਲੀ ਪ੍ਰੋਗਰਾਮ ਹੈ, ਕੋਈ ਐਂਟਰੀ ਫੀਸ ਨਹੀਂ ਹੈ ਇਹਦੀ ਅਤੇ ਉੱਥੇ ਲੰਗਰ ਦਾ, ਚਾਹ ਪਕੌੜਿਆਂ ਦਾ, ਹਰ ਇੱਕ ਚੀਜ਼ ਦਾ ਪ੍ਰਬੰਧ ਹੈ। ਅਤੇ ਅਸੀਂ ਸਪੈਸ਼ਲ ਬੇਨਤੀ ਕਰਦੇ ਹਾਂ ਜਿਹੜੀਆਂ ਫੈਮਿਲੀਆਂ ਦੇ ਯੰਗ ਬੱਚੇ ਨੇ ਉਹ ਕੋਈ ਵੀ ਸਪੋਰਟ ਖੇਡਦੇ ਨੇ ਜਾਂ ਨਹੀਂ ਖੇਡਦੇ ਉਹ ਇੱਥੇ ਆਪਣੇ ਬੱਚਿਆਂ ਨੂੰ ਲੈ ਕੇ ਆਉਣ ਤਾਂ ਕਿ ਜਿਹੜਾ ਸਾਡਾ ਯੂਥ ਹੈ ਉਹ ਫੀਲਡ ਹਾਕੀ ਦੀ ਜੋ ਇੰਟਰਨੈਸ਼ਨਲ ਜਾਂ ਓਲੰਪਿਕ ਲੈਵਲ ਦੀ ਜਿਹੜੀ ਗੇਮ ਹੈ ਉਹਦੇ ਵੱਲ ਨੂੰ ਆਕਰਸ਼ਿਤ ਹੋਣ ਤਾਂ ਕਿ ਸਾਡੇ ਕੋਲ ਵੱਧ ਤੋਂ ਵੱਧ ਜਿਹੜੇ ਨੌਜਵਾਨ ਹੈ ਉਹ ਕੈਨੇਡਾ ਦੀਆਂ ਟੀਮਾਂ 'ਚ ਖੇਡਣ ਅਤੇ ਸਾਡੀ ਕਮਿਊਨਿਟੀ ਦਾ ਨਾਂ ਉੱਚਾ ਕਰਨ। ਸੋ ਅਸੀਂ ਪੁਰਜ਼ੋਰ ਬੇਨਤੀ ਕਰਦੇ ਹਾਂ ਆਪਣੀ ਕਮਿਊਨਿਟੀ ਨੂੰ ਵੀ ਇਸ ਟੂਰਨਾਮੈਂਟ ਨੂੰ ਦੇਖੋ ਜੋ ਅੱਜ ਚੱਲ ਰਿਹਾ ਹੈ ਅਤੇ ਜੋ ਕੱਲ੍ਹ ਨੂੰ ਵੀ ਸਾਰਾ ਦਿਨ ਹੈ ਉਹ ਚੱਲੇਗਾ ਆਈਸਲੈਂਡ ਦੀਆਂ ਗਰਾਊਂਡਾਂ ਵਿੱਚ ਹਰਸ਼ੀ ਸੈਂਟਰ ਦੇ ਅਦਰ ਸਾਈਡ 'ਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਵੱਲੋਂ ਵੀ ਸਾਰਿਆਂ ਨੂੰ ਪੁਰਜ਼ੋਰ ਬੇਨਤੀ ਹੈ ਕਿ ਟੂਰਨਾਮੈਂਟ ਬਹੁਤ ਵਧੀਆ ਚੱਲ ਰਹੇ ਹਨ, ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ, ਆਪਣੀ ਫੈਮਿਲੀ ਨੂੰ ਲੈ ਕੇ, ਆਪਣੇ ਪੇਰੈਂਟਸ ਨੂੰ ਲੈ ਕੇ, ਦੋਸਤਾਂ ਮਿੱਤਰਾਂ ਨੂੰ ਲੈ ਕੇ ਪਹੁੰਚੋ ਜਿਸ ਦੇ ਵਿੱਚ ਲੰਗਰ ਪਾਣੀ, ਚਾਹ ਪਾਣੀ, ਪਕੌੜੇ, ਜਲੇਬੀਆਂ ਸਾਰਾ ਪ੍ਰਬੰਧ ਕੀਤਾ ਗਿਆ ਹੈ। ਬੱਚਿਆਂ ਲਈ ਫਰੂਟ ਦਾ ਵੀ ਪ੍ਰਬੰਧ ਕੀਤਾ ਗਿਆ ਹੈ, ਹੋਰ ਵੀ ਸਪੈਸ਼ਲ ਖਾਣ ਪੀਣ ਲਈ ਹੈ, ਬੱਚਿਆਂ ਦੇ ਦੇਖਣ ਵਾਸਤੇ ਬਹੁਤ ਕੁਛ ਮਿਲੇਗਾ। ਬੱਚਿਆਂ ਨੂੰ
ਇਸ ਗੇਮ ਵਿੱਚ ਪਾਉਣ ਲਈ ਤੁਸੀਂ ਸਾਡੇ ਨਾਲ ਸੰਪਰਕ ਵੀ ਕਰ ਸਕਦੇ ਹੋ ਅਤੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਦੋਵੇਂ ਦਿਨ ਵੱਧ ਚੜ੍ਹ ਕੇ ਪਹੁੰਚੋ, ਅੱਜ ਵੀ ਪਹੁੰਚੋ ਅਤੇ ਕੱਲ੍ਹ ਨੂੰ ਵੀ ਪਹੁੰਚੋ, ਕੱਲ੍ਹ ਨੂੰ ਸਵੇਰੇ 8 ਵਜੇ ਫਿਰ ਗੇਮਾਂ ਸ਼ੁਰੂ ਹੋ ਜਾਣੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸੇ ਵੀ ਤਰ੍ਹਾਂ ਦੀ ਪ੍ਰੋਪਰਟੀ ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਖਰੀਦਣੀ ਜਾਂ ਵੇਚਣੀ ਚਾਹੁੰਦੇ ਹੋ ਤਾਂ ਤਜਰਬੇਕਾਰ ਗੁਰਵੀਰ ਗਰੇਵਾਲ ਹੋਰਾਂ ਨਾਲ ਸੰਪਰਕ ਕਰੋ। ਕਿਸੇ ਵੀ ਕਿਸਮ ਦੀ ਜਾਣਕਾਰੀ ਲਈ 416-822-4580 ਤੇ ਸੰਪਰਕ ਕਰੋ ਗੁਰਵੀਰ ਗਰੇਵਾਲ। ਜੇਕਰ ਤੁਹਾਡਾ ਟਰੱਕ ਕਿਸੇ ਵੀ ਤਰ੍ਹਾਂ ਦੀ ਇਲੈਕਟ੍ਰੋਨਿਕ ਪ੍ਰੋਬਲਮ ਦੇ ਰਿਹਾ ਹੋਵੇ ਜਿਵੇਂ ਇੰਜਨ, ਟ੍ਰਾਂਸਮਿਸ਼ਨ, ਕਲਚ ਜਾਂ ਫਿਰ ਆਇਲ ਚੇਂਜ, ਤਾਂ ਅੱਜ ਹੀ ਰਸ਼ ਲਿਊਬ ਦੇ ਜਸਕਰਨਜੀਤ ਸਿੰਘ ਨੂੰ ਕਾਲ ਕਰੋ 9054536344। Bade & Associates is a team of professional financial advisors that can help you with all your financial needs. With over 22 years of industry experience, they specialize in RESPs, life insurance, critical illness, health and disability insurance, mortgages and real estate. The Bade & Associates Financial Group, making a brighter future for you. Call us today for a free consultation, 905-678-2878, or visit us on the web at bafg.ca. ਕੈਨੇਡਾ ਵਿੱਚ ਰਹਿੰਦਿਆਂ ਸਿਆਣਾ ਡਾਕਟਰ ਤੇ ਚੰਗਾ ਵਕੀਲ ਹੋਣਾ ਬਹੁਤ ਜ਼ਰੂਰੀ ਹੈ। ਹਰ ਤਰ੍ਹਾਂ ਦੀਆਂ ਕਾਨੂੰਨੀ ਸੇਵਾਵਾਂ ਲਈ ਮਿਨਹਾਸ ਲਾਅ ਆਫਿਸ ਦਾ ਨਾਮ ਚੇਤੇ ਰੱਖੋ। ਫॉर ऑल योर ਰੀਅਲ ਏਸਟੇਟ ਐਂਡ ਇਮੀਗ੍ਰੇਸ਼ਨ ਦੀ ਮਿਨਹਾਸ ਲਾਇਰਸ। ਰੀਮੈਕਸ ਚੈਂਪੀਅਨ ਦੇ ਬਲਜਿੰਦਰ ਬੜਿੰਗ ਤੁਹਾਡੇ ਲਈ ਟੋਰਾਂਟੋ ਡਾਊਨਟਾਊਨ ਦੇ ਵਿੱਚ ਝੀਲ ਦੇ ਬਿਲਕੁਲ ਕੰਢੇ ਤੇ ਲੈ ਕੇ ਆਏ ਹਨ ਇੱਕ ਸੁਨਹਿਰੀ ਮੌਕਾ। ਅੱਜ ਹੀ ਪੈਸੇ ਇਨਵੈਸਟ ਕਰੋ ਤੇ ਢੇਰਾਂ ਕਮਾਓ। ਜ਼ਿੰਦਗੀ ਦੇ ਹਸੀਨ ਪਲ ਗੁਜ਼ਾਰਨ ਦੇ ਲਈ ਟੋਰਾਂਟੋ ਡਾਊਨਟਾਊਨ ਦੇ ਵਿੱਚ ਕੌਂਡੋ ਖਰੀਦੋ। ਜਾਣਕਾਰੀ ਲਈ 416-603-2700 ਤੇ ਸੰਪਰਕ ਕਰੋ। ਕੀ ਤੁਹਾਡੇ ਸਿਰ ਤੇ ਪਰਸਨਲ ਜਾਂ ਬਿਜ਼ਨਸ ਕਰਜ਼ੇ ਚੜੇ ਹੋਏ ਹਨ? ਤਾਂ ਘਬਰਾਓ ਨਹੀਂ, ਬਿਜ਼ਨਸ ਸੋਲੂਸ਼ਨਸ ਤੇ ਕ੍ਰੈਡਿਟ ਕਾਉਂਸਲਿੰਗ ਨੇ ਤੁਹਾਡੇ ਵਰਗੇ ਹਜ਼ਾਰਾਂ ਫਿਕਰਮੰਦ ਲੋਕਾਂ ਦੀ ਮਦਦ ਕੀਤੀ ਹੈ। ਸਾਡੀ ਸਹੀ ਸਲਾਹ ਨਾਲ ਤੁਸੀਂ ਕਰਜ਼ੇ ਤੋਂ ਛੁਟਕਾਰਾ ਪਾ ਸਕਦੇ ਹੋ। ਅਸੀਂ ਤੁਹਾਡਾ ਵੱਧ ਤੋਂ ਵੱਧ ਕਰਜ਼ਾ ਮਾਫ ਕਰਾ ਕੇ ਬਾਕੀ ਰਹਿੰਦੀ ਰਕਮ ਨੂੰ ਛੋਟੀਆਂ ਛੋਟੀਆਂ ਇੰਟਰਸਟ ਫ੍ਰੀ ਕਿਸ਼ਤਾਂ 'ਚ ਬਦਲਦਾ। ਟੋਰਾਂਟੋ, ਕੈਲਗਰੀ ਤੇ ਵੈਨਕੂਵਰ 1-866-790-8984। ਬਿਜ਼ਨਸ ਸੋਲੂਸ਼ਨਸ, ਤੁਹਾਡੀ ਪਰੇਸ਼ਾਨੀ ਵਿੱਚ ਤੁਹਾਡਾ ਸਾਥੀ। ਬੈਸਟ ਡੀਲ ਫਲੋਰਿੰਗ, ਜਿੱਥੋਂ ਤੁਸੀਂ ਕਾਰਪੈਟ, ਹਾਰਡਵੁੱਡ ਫਲੋਰ, ਟਾਈਲਾਂ ਅਤੇ ਲੈਮੀਨੇਟ ਬਹੁਤ ਸਸਤੇ ਭਾਅ ਖਰੀਦ ਸਕਦੇ ਹੋ। ਪਿਛਲੇ 21 ਸਾਲ ਤੋਂ ਰਾਜ ਜੀ ਤੁਹਾਨੂੰ ਇਹ ਸੇਵਾਵਾਂ ਦਿੰਦੇ ਆ ਰਹੇ ਹਨ। ਹੁਣ ਬੈਸਟ ਡੀਲ ਫਲੋਰਿੰਗ ਖੋਲ੍ਹ ਦਿੱਤਾ ਗਿਆ ਹੈ। ਸਕਾਰਬਰੋ ਦੇ ਵਿੱਚ 130 ਡਾਇਨਾਮਿਕ ਡਰਾਈਵ ਤੇ ਪਹੁੰਚੋ। 416-292-6248 ਤੇ ਸੰਪਰਕ ਕਰੋ। ਪ੍ਰੋਪਰਟੀ ਖਰੀਦਣ ਵੇਚਣ ਵੇਲੇ ਤੁਹਾਨੂੰ ਪੈਸੇ ਧੇਲੇ ਦੀ ਫਿਕਰ ਕਰਨ ਦੀ ਲੋੜ ਨਹੀਂ, ਕਿਉਂਕਿ ਇਹ ਜ਼ਿੰਮੇਵਾਰੀ ਲੈਣਗੇ ਰਣਜੀਤ ਔਜਲਾ ਤੇ ਰਣਜੀਤ ਅਹੀਰ। ਫਸਟ ਮੋਰਗੇਜ, ਸੈਕੰਡ ਮੋਰਗੇਜ, ਮੋਰਗੇਜ ਰੀਨਿਊਅਲ, ਰੀਫਾਈਨਾਂਸਿੰਗ, ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਤੇ ਡਿਸੇਬਿਲਿਟੀ ਲਈ ਇਨਫਿਨਿਟੀ ਵਨ ਦਾ ਨਾਂ ਚੇਤੇ ਰੱਖੋ। ਦੋਸਤੋ, ਇੱਕ ਸੂਚਨਾ ਅਸੀਂ ਸਾਂਝੀ ਕਰਨੀ ਚਾਹੁੰਦੇ ਹਾਂ ਕਿ ਪਿੰਡ ਵਿਰਕਾਂ ਦੇ ਨਿਵਾਸੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਸਾਲਾਨਾ ਜੋੜ ਮੇਲਾ ਜਿਹੜਾ ਉਹ ਮਨਾਇਆ ਜਾ ਰਿਹਾ, ਜਿਹੜਾ ਕਿ ਰੈਕਸਟੇਲ ਗੁਰਦੁਆਰਾ ਸਾਹਿਬ ਦੇ ਵਿੱਚ ਕੱਲ੍ਹ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਨੇ ਅਤੇ ਕੱਲ੍ਹ ਨੂੰ ਭੋਗ ਪੈਣਗੇ। ਸੋ ਸਮੂਹ ਨਗਰ ਨਿਵਾਸੀਆਂ ਵੱਲੋਂ ਬੇਨਤੀ ਹੈ ਕਿ ਉਹਨਾਂ ਦੀ ਇਸ ਖੁਸ਼ੀ ਦੇ ਵਿੱਚ ਜ਼ਰੂਰ ਸ਼ਾਮਲ ਹੋਵੋ। ਸੋ ਕਿਸੇ ਵੀ ਜਾਣਕਾਰੀ ਲਈ ਤੁਸੀਂ ਗੁਰਪ੍ਰੀਤ ਵਿਰਕ ਹੋਰਾਂ ਦੇ ਨਾਲ ਸੰਪਰਕ ਕਰ ਸਕਦੇ ਹੋ 416-705-1111। ਮੈਂ ਗੁਰਦੇਵ ਢਿੱਲੋਂ ਜਾਣੀ ਕਿ ਭਜਨੇ ਅਮਲੀ ਵੱਲੋਂ ਟੋਰਾਂਟੋ 'ਚ ਵਸਦੇ ਸਾਡੇ ਪੰਜਾਬੀ ਬਜ਼ੁਰਗ ਮਾਵਾਂ, ਭੈਣਾਂ, ਬੱਚੇ, ਬੇਟੀਆਂ ਸਾਰਿਆਂ ਨੂੰ ਗੁਰਚੇਤ ਚਿੱਤਰਕਾਰ ਦੇ ਪੂਰੇ ਗਰੁੱਪ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਨੂੰ ਪਤਾ ਹੀ ਹੈ 28 ਤਰੀਕ ਨੂੰ ਹਰਸੀ ਸੈਂਟਰ ਦੇ ਵਿੱਚ ਬਹੁਤ ਹੀ ਪਿਆਰਾ ਕਾਮੇਡੀ ਪਲੇਅ ਹੋ ਰਿਹਾ, ਜਿਹਦੇ ਵਿੱਚ ਬਹੁਤ ਹੀ ਪਿਆਰੇ ਕਲਾਕਾਰ ਔਰ ਸਾਰੇ ਹੁੰਮ ਹੁਮਾ ਕੇ ਤੁਸੀਂ ਸਾਰਿਆਂ ਨੇ ਇਹ ਪਲੇਅ ਦੇਖਣ ਆਉਣਾ। ਬੇਬੇ ਜੀ ਮੈਂ ਸੰਤ ਬਣ ਗਿਆ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਚੇਤ ਚਿੱਤਰਕਾਰ, ਤੁਹਾਡਾ ਆਪਣਾ ਫੈਮਿਲੀ ਕਲਾਕਾਰ। ਸੋ ਦੇਖਣਾ ਨਾ ਭੁੱਲਣਾ ਬੇਬੇ ਜੀ ਮੈਂ ਸੰਤ ਬਣ ਗਿਆ, ਸਾਡੇ ਨੌ ਕਲਾਕਾਰਾਂ ਵੱਲੋਂ 45 ਕਰੈਕਟਰ ਜੋ ਤੁਹਾਨੂੰ ਇਸ ਪਲੇਅ ਦੇ ਵਿੱਚ ਦੇਖਣ ਨੂੰ ਮਿਲਣਗੇ। ਸੋ ਵੇਖਣਾ ਨਾ ਭੁੱਲਣਾ ਬੇਬੇ ਜੀ ਮੈਂ ਸੰਤ ਬਣ ਗਿਆ।
ਅਸੀਂ ਆਪਣੀ ਪੂਰੀ ਫੈਮਿਲੀ ਟੀਮ ਵੱਲੋਂ ਇੱਕ ਕਮੇਡੀ ਨਾਟਕ ਲੈ ਕੇ ਆਏ ਹਾਂ, ਸੋ ਆਪਣੀਆਂ ਫੈਮਿਲੀਆਂ ਨੂੰ ਨਾਲ ਲੈ ਕੇ 28 ਤਰੀਕ ਨੂੰ ਹਰਸ਼ੀ ਸੈਂਟਰ ਦੇ ਵਿੱਚ ਦੇਖਣਾ ਨਾ ਭੁੱਲਣਾ। ਬੇਬੇ ਜੀ ਮੈਂ ਸੰਤ ਬਣ ਗਿਆ। ਮੈਂ ਰੁਪਿੰਦਰ ਇਸ ਪਲੇਅ ਦੇ ਵਿੱਚ ਸੰਤ ਦੀ ਬੇਬੇ ਦਾ ਰੋਲ ਕਰ ਰਹੀ ਹਾਂ। ਇਸ ਪਲੇਅ ਦੇ ਵਿੱਚ ਡੇਰਾਵਾਦ ਤੋਂ ਬਿਨਾਂ ਪੰਜਾਬ ਦਾ ਹਰ ਰੰਗ ਵਿਖਾਇਆ ਗਿਆ, ਸੋ ਇਹ ਹਰ ਰੰਗ ਵੇਖਣ ਦੇ ਲਈ ਤੁਸੀਂ 28 ਤਰੀਕ ਨੂੰ ਹਰਸ਼ੀ ਸੈਂਟਰ ਦੇ ਵਿੱਚ ਆਪਣੇ ਪਰਿਵਾਰਾਂ ਸਮੇਤ ਜ਼ਰੂਰ ਪਹੁੰਚੋ ਪਲੇਅ ਦੇਖਣ ਦੇ ਲਈ। ਬੇਬੇ ਜੀ ਮੈਂ ਸੰਤ ਬਣ ਗਿਆ। ਮੈਂ ਪ੍ਰਕਾਸ਼ ਕਰਾਂ, ਤੁਹਾਡਾ ਜੋੜਾ ਜ਼ਿਆਦਾ ਅੱਗੇ ਕਿਹੜਾ ਸਾਇਆ ਨਹੀਂ, ਹੁਣ ਵੀ ਸਾਉਂਗਾ, ਪਲੇਅ ਨਾ ਭੁੱਲਿਓ। ਬੇਬੇ ਜੀ ਮੈਂ ਸੰਤ ਬਣ ਗਿਆ। ਸੋ ਦੋਸਤੋ, ਮੈਂ ਤੁਹਾਡਾ ਆਪਣਾ ਗੁਰਦੀਪ ਕਗਰਾਲਾ ਤੁਹਾਨੂੰ ਹਸਾਉਣ ਦੀ ਖਾਤਰ ਕਰੂੰਗਾ ਕਾਲਾ ਮਾਲਾ, ਇਸੇ ਕਰਕੇ ਮੈਂ ਇਸ ਪਲੇਅ ਚ ਬਣ ਗਿਆ ਸਾਧ ਮਸ਼ੂਕਾ ਵਾਲਾ। ਸੋ ਸਾਡਾ ਪਲੇਅ ਦੇਖਣਾ ਨਾ ਭੁੱਲਣਾ। ਬੇਬੇ ਜੀ ਮੈਂ ਸੰਤ ਬਣ ਗਿਆ। ਮੈਂ ਜੀਤ ਪੰਚਰਾਂ ਵਾਲਾ ਸਭ ਨੂੰ ਖੂਬ ਹਸਾਉਂਗਾ, ਪੰਚਰ ਮੇਰਾ ਲੀਕ ਨਹੀਂ ਕਰਦਾ, ਪੱਕੇ ਪੰਚਰ ਲਾਊਂਗਾ। 28 ਤਰੀਕ ਨੂੰ ਹਰਸ਼ੀ ਸੈਂਟਰ ਦੀਆਂ ਟਿਕਟਾਂ ਲੈ ਲਿਓ ਆਪ। ਇਸ ਪਲੇ ਚ ਮਾਇਆ ਸੰਤ ਦਾ ਬਾਪ, ਪਲੇ ਦਾ ਨਾਂ ਆ ਬੇਬੇ ਜੀ ਮੈਂ ਸੰਤ ਬਣ ਗਿਆ। ਮੈਂ ਤੁਹਾਡਾ ਆਪਣਾ ਦਮਨਦੀਪ ਸੰਧੂ ਰੋਡੂ, ਤੁਸੀਂ ਦੇਖਣਾ ਨਾ ਭੁੱਲਣਾ। ਬੇਬੇ ਜੀ ਮੈਂ ਸੰਤ ਬਣ ਗਿਆ। ਮੈਂ ਨਰਿੰਦਰ ਨੀਨਾ ਗੁਰਪ੍ਰੀਤ NRIs ਨੂੰ ਰਿਪ੍ਰੈਜ਼ੈਂਟ ਕਰ ਰਿਹਾ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਪ੍ਰਤੱਖ ਗੁਰੂ ਨੂੰ ਛੱਡ ਕੇ ਇਹਨਾਂ ਪਖੰਡੀਆਂ ਦੇ ਪਿੱਛੇ ਨਾ ਲੱਗੋ ਤੇ ਸਾਡਾ ਪਲੇ ਦੇਖੋ। ਬੇਬੇ ਜੀ ਮੈਂ ਸੰਤ ਬਣ ਗਿਆ। ਸੋ ਅੱਜ ਦੇ ਇਸ ਪ੍ਰੋਗਰਾਮ ਤੋਂ ਬਾਅਦ ਬੇਬੇ ਨੀਵੇਂ ਸੰਤ ਬਣ ਗਿਆ, ਇੱਕ ਬਹੁਤ ਹੀ ਵਧੀਆ ਇਹ ਡਰਾਮਾ ਜਿਹੜਾ ਕਿ ਸਮਾਜ ਨੂੰ ਵਧੀਆ ਸੇਧ ਦੇਣ ਵਾਲਾ ਡਰਾਮਾ ਹੈ, ਔਰ ਇਹ ਤੁਹਾਡੇ ਲਈ ਹਰਸ਼ੀ ਸੈਂਟਰ ਦੇ ਵਿੱਚ ਖੇਡਿਆ ਜਾ ਰਿਹਾ, ਸੋ ਤੁਸੀਂ ਇਹਨੂੰ ਜ਼ਰੂਰ ਦੇਖਣ ਜਾਇਓ। ਸੋ ਹੁਣ ਆਪਾਂ ਆਪਣੇ ਇਸ ਵਿਸ਼ੇ ਵੱਲ ਅੱਗੇ ਤੁਰਦੇ ਹਾਂ। ਸੋ ਇਹ ਗੱਲ ਸੱਚ ਹੈ ਕਿ ਅੱਜ ਕੱਲ੍ਹ ਐਲਬਮ ਦੀ ਵਿਕਰੀ ਘੱਟ ਹੁੰਦੀ ਹੈ, ਸੋ ਜ਼ਿਆਦਾਤਰ ਤਾਂ ਇੰਟਰਨੈੱਟ 'ਤੇ ਹੀ ਫੇਲ ਪਾਸ ਹੋ ਜਾਂਦੇ ਨੇ। ਸੋ ਬਹੁਤੇ ਗਾਇਕ ਹੁਣ ਐਲਬਮ ਕਰਨ ਤੋਂ ਪਹਿਲਾਂ ਇੱਕ ਦੋ ਗੀਤ ਇੰਟਰਨੈੱਟ 'ਤੇ ਪਾ ਕੇ ਚੈੱਕ ਕਰਦੇ ਨੇ ਕਿ ਸਰੋਤੇ ਕਿਹੋ ਜਿਹਾ ਹੁੰਗਾਰ ਦਿੰਦੇ ਨੇ। ਸੋ ਹੁਣ ਇੱਥੇ ਸਭ ਦਾ ਫਰਜ਼ ਬਣਦਾ ਕਿ ਵਧੀਆ ਗੀਤਾਂ ਨੂੰ ਹੀ ਹੁੰਗਾਰਾ ਦਿੱਤਾ ਜਾਵੇ ਅਤੇ ਉਹਨਾਂ ਨੂੰ ਵੱਧ ਤੋਂ ਵੱਧ ਪ੍ਰਮੋਟ ਕੀਤਾ ਜਾਵੇ, ਘਟੀਆ ਗੀਤਾਂ ਨੂੰ ਬਿਲਕੁਲ ਨਾ ਦੇਖਿਆ ਜਾਵੇ ਅਤੇ ਉਹਦੀ ਚਰਚਾ ਬਿਲਕੁਲ ਨਾ ਕੀਤੀ ਜਾਵੇ। ਸੋ ਇਹ ਗੱਲ ਆਮ ਦੇਖਣ ਦੇ ਵਿੱਚ ਆਈ ਹੈ ਕਿ ਜਦੋਂ ਕਿਸੇ ਗਲਤ ਗੀਤ ਦੀ ਚਰਚਾ ਹੋਣ ਲੱਗ ਪੈਂਦੀ ਹੈ ਤਾਂ ਜਿਹਨੇ ਨਹੀਂ ਵੀ ਦੇਖਿਆ ਸੁਣਿਆ ਹੁੰਦਾ ਉਹ ਵੀ ਜ਼ਰੂਰ ਦੇਖਦਾ। ਗਾਇਕਾਂ ਨੂੰ ਚਰਚਾ ਦਾ ਵਿਸ਼ਾ ਬਣਾਉਣ ਦੀ ਥਾਂ ਉਹਨਾਂ ਨਾਲ ਸਿੱਧਾ ਸੰਪਰਕ ਕਰਕੇ ਲਾਹਣਤਾਂ ਪਾਈਆਂ ਜਾਣ ਤਾਂ ਜ਼ਿਆਦਾ ਵਧੀਆ ਹੋਵੇਗਾ, ਜਾਂ ਫਿਰ ਜੇ ਕਿਤੇ ਤੁਹਾਨੂੰ ਟੱਕਰ ਪੈਣ ਤਾਂ ਉਦੋਂ ਉਹਨਾਂ ਨੂੰ ਲਾਹਣਤਾਂ ਪਾਈਆਂ ਜਾਣ ਤਾਂ ਵੀ ਵਧੀਆ ਹੋਵੇਗਾ। ਹੋ ਸਕਦਾ ਹੈ ਕਿ ਇਹਦਾ ਉਸ 'ਤੇ ਬਹੁਤਾ ਅਸਰ ਨਾ ਹੋਵੇ, ਜਿਵੇਂ ਕਹਿੰਦੇ ਹਨ ਕਿ ਕੀ ਬਸ਼ਰਮ ਨੂੰ ਮਿਹਣਾ ਅਤੇ ਕੀ ਬਸ਼ਰਮ ਨੂੰ ਗਾਲ, ਪਰ ਇਸ ਤਰ੍ਹਾਂ ਘੱਟੋ ਘੱਟ ਉਹਦੀ ਮੁਫਤ ਦੀ ਮਸ਼ਹੂਰੀ ਜਿਹੜੀ ਆ ਉਹ ਨਹੀਂ ਹੋਵੇਗੀ। ਇੱਕ ਗੱਲ ਤਾਂ ਸਾਫ ਆ ਕਿ ਇਸ ਲੱਚਰ ਗਾਇਕੀ ਨੂੰ ਸਿਰਫ ਸਰੋਤੇ ਹੀ ਰੋਕ ਸਕਦੇ ਨੇ। ਲੱਚਰ ਗਾਇਕੀ ਦੇ ਖਿਲਾਫ ਰੌਲਾ ਪਾਉਣ ਵਾਲੇ ਤਾਂ ਬਹੁਤ ਨੇ, ਉਹਨਾਂ ਵਿੱਚੋਂ ਬਹੁਤੇ ਤਾਂ ਇੰਟਰਨੈੱਟ ਦੇ ਉੱਪਰ ਜਿਹੜੇ ਗੀਤ ਨੂੰ ਬੜੇ ਸ਼ੌਂਕ ਦੇ ਨਾਲ ਵੇਖ ਰਹੇ ਹੁੰਦੇ ਨੇ, ਸੁਣ ਰਹੇ ਹੁੰਦੇ ਨੇ, ਸੋ ਦੂਜੇ ਪਾਸੇ ਉਸ ਦੇ ਖਿਲਾਫ ਚੱਲ ਰਹੀ ਚਰਚਾ ਦੇ ਵਿੱਚ ਉਸ ਗੀਤ ਦੇ ਖਿਲਾਫ ਆਪਣੇ ਸੁੰਦਰ ਵਿਚਾਰ ਵੀ ਦੇ ਰਹੇ ਹੁੰਦੇ ਨੇ। ਸੋ ਆਪਾਂ ਜੇ ਸਿਰਫ ਉਹਨਾਂ ਦੀ ਗੱਲ ਹੀ ਕਰ ਲਈਏ ਜਿਹੜੇ ਸੱਚੇ ਦਿਲੋਂ ਚਾਹੁੰਦੇ ਹਨ ਕਿ ਇਹ ਸਭ ਕੁਝ ਬੰਦ ਹੋਣਾ ਚਾਹੀਦਾ, ਸੋ ਉਹਨਾਂ ਅੱਗੇ ਸਿੱਧੇ ਤੌਰ ਦੇ ਉੱਪਰ ਜਿਹੜੇ ਦੋ ਤਿੰਨ ਸਵਾਲ ਬਣਦੇ ਨੇ ਕਿ ਕੀ ਆਪਾਂ ਆਪਣੇ ਪਰਿਵਾਰ ਦੇ ਉਹਨਾਂ ਮੈਂਬਰਾਂ ਨੂੰ ਇਹੋ ਜਿਹੇ ਗੀਤ ਸੁਣਨ ਜਾਂ ਵੇਖਣ ਤੋਂ ਰੋਕ ਸਕਦੇ ਹਾਂ ਜਿਹੜੇ ਇਸ ਤਰ੍ਹਾਂ ਦੇ ਗੀਤ ਪਸੰਦ ਕਰਦੇ ਨੇ। ਦੂਜਾ ਸਵਾਲ ਹੈ ਕਿ ਕੀ ਆਪਾਂ ਆਪਣੇ ਘਰ ਦੇ ਵਿੱਚ ਕਿਸੇ ਖੁਸ਼ੀ ਦੇ ਮੌਕੇ 'ਤੇ
ਡੀਜੇ ਤੇ ਵੱਜਦੇ ਜਾਂ ਫਿਰ ਸਟੇਜ ਦੇ ਉੱਪਰ ਜੇ ਗਾਇਕ ਵੱਲੋਂ ਇਹੋ ਜਿਹੇ ਗੀਤ ਗਾਏ ਜਾ ਰਹੇ ਨੇ, ਸੋ ਇਹੋ ਜਿਹੇ ਗੀਤਾਂ ਨੂੰ ਬੰਦ ਕਰਵਾ ਸਕਦੇ ਹਾਂ ਜਿਨ੍ਹਾਂ 'ਤੇ ਸਾਡੇ ਪਰਿਵਾਰ ਵਾਲੇ ਜਾਂ ਰਿਸ਼ਤੇਦਾਰ ਨੱਚ ਰਹੇ ਹੁੰਦੇ ਹਨ। ਸੋ ਜੇ ਅਸੀਂ ਆਪਣੇ ਘਰ ਤੋਂ ਇਸ ਤਰ੍ਹਾਂ ਦੀ ਸ਼ੁਰੂਆਤ ਕਰਨ ਦੇ ਵਿੱਚ ਕਾਮਯਾਬ ਹਾਂ ਤਾਂ ਇਸ ਤਰ੍ਹਾਂ ਦੀ ਗਾਇਕੀ ਨੂੰ ਰੋਕਣਾ ਕੋਈ ਵੱਡੀ ਗੱਲ ਨਹੀਂ। ਪਰ ਜੇ ਅਸੀਂ ਕਿਸੇ ਪਰਿਵਾਰਕ ਮੈਂਬਰ ਦੇ ਗੁੱਸੇ ਹੋਣ ਦੇ ਡਰੋਂ ਜਾਂ ਫਿਰ ਘਰ ਦੇ ਵਿੱਚ ਖੁਸ਼ੀ ਦੇ ਮਾਹੌਲ ਮੁੱਕ ਕੇ ਰੰਗ 'ਚ ਭੰਗ ਪਾਉਣ ਦੇ ਡਰੋਂ ਇਹਨਾਂ ਗੀਤਾਂ ਨੂੰ ਬੰਦ ਨਹੀਂ ਕਰਵਾ ਸਕਦੇ ਤਾਂ ਫਿਰ ਵਿਖਾਵੇ ਲਈ ਜਿੰਨਾ ਮਰਜ਼ੀ ਰੌਲਾ ਪਾਈ ਜਾਈਏ ਅਤੇ ਗਾਇਕਾਂ ਗੀਤਕਾਰਾਂ ਨੂੰ ਭਾਵੇਂ ਜਿੰਨਾ ਮਰਜ਼ੀ ਚੰਗਾ ਮੰਦਾ ਬੋਲੀ ਜਾਈਏ, ਉਹਨਾਂ ਦੇ ਘਰਾਂ ਅੱਗੇ ਧਰਨੇ ਦੇਈ ਜਾਈਏ, ਕੋਈ ਬਹੁਤਾ ਫਰਕ ਪੈਣ ਨਹੀਂ ਲੱਗਾ। ਇਹ ਹਟੇਗਾ ਜ਼ਰੂਰ ਪਰ ਦੂਜਾ ਫਿਰ ਸ਼ੁਰੂ ਹੋ ਜੂਗਾ। ਜਿਵੇਂ ਕਹਿੰਦੇ ਹੁੰਦੇ ਨੇ ਕਿ ਦੂਜੇ ਦੀ ਪੀੜ੍ਹੀ ਥੱਲੇ ਸੋਟਾ ਫੇਰਨਾ ਬੜਾ ਸੌਖਾ ਹੁੰਦਾ ਅਤੇ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ ਦੇ ਲਈ ਝੁਕਣਾ ਪੈਂਦਾ। ਇਸ ਦੇ ਲਈ ਇਹ ਲੋੜ ਹੈ ਕਿ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ ਦੀ ਅਤੇ ਦੂਜੇ ਦੀ ਪੀੜ੍ਹੀ ਥੱਲੇ ਸੋਟਾ ਜਦੋਂ ਮਰਜ਼ੀ ਫੇਰ ਲਓ ਉਹਦੇ ਲਈ ਝੁਕਣ ਦੀ ਵੀ ਤਕਲੀਫ ਨਹੀਂ ਕਰਨੀ ਪੈਂਦੀ। ਵਧੀਆ ਗੀਤ ਲਿਖਣ ਅਤੇ ਗਾਉਣ ਵਾਲਿਆਂ ਦੀ ਅੱਜ ਵੀ ਕੋਈ ਘਾਟ ਨਹੀਂ, ਬਸ ਉਹਨਾਂ ਨੂੰ ਸਾਡੇ ਭਰਵੇਂ ਹੁੰਗਾਰੇ ਦੀ ਜ਼ਰੂਰਤ ਹੈ। ਆਓ ਆਪੋ ਆਪਣਾ ਫਰਜ਼ ਪਛਾਣਦੇ ਹੋਏ ਉਹਨਾਂ ਦਾ ਸਾਥ ਦੇਈਏ ਅਤੇ ਪੰਜਾਬੀ ਗਾਇਕੀ ਨੂੰ ਹੋਰ ਨਿਗਾਰ ਵੱਲ ਜਾਣ ਤੋਂ ਬਚਾਈਏ। ਛੇਤੀ ਛੇਤੀ ਖਿੱਚ ਲੈ ਤਿਆਰੀ, ਸੋਹਣਾ ਜਿਹਾ ਸੂਟ ਪਾ ਕੇ ਲੈ ਲਾ ਫੁਲਕਾਰੀ। ਉਹ ਸੋਹਣੀਏ ਤੂੰ ਛੇਤੀ ਛੇਤੀ ਖਿੱਚ ਲੈ ਤਿਆਰੀ, ਸੋਹਣਾ ਜਿਹਾ ਸੂਟ ਪਾ ਕੇ ਲੈ ਲਾ ਫੁਲਕਾਰੀ। ਉਹ ਬਣ ਜਾ ਤੂੰ ਚੰਨ ਦੀ ਚਕੋਰ, ਸੋਹਣੀਏ ਨੀ ਤੈਨੂੰ ਛੱਡ ਕੇ ਨੀ ਜਾਣਾ। ਉਹ ਦੇਣਾ ਬੇਬੇ ਨੂੰ ਨਾਨਕੀ ਹੋਰ, ਸੋਹਣੀਏ ਨੀ ਤੈਨੂੰ ਛੱਡ ਕੇ ਨੀ ਜਾਣਾ। ਉਹ ਦੇਣਾ ਬੇਬੇ ਨੂੰ ਨਾਨਕੀ ਹੋਰ, ਸੋਹਣੀਏ ਨੀ ਤੈਨੂੰ ਛੱਡ ਕੇ ਨੀ ਜਾਣਾ। ਛੱਡ ਕੇ ਨੀ ਜਾਣਾ। ਉਹ ਦੇਣਾ ਬੇਬੇ ਨੂੰ ਨਾਨਕੀ ਹੋਰ, ਸੋਹਣੀਏ ਨੀ ਤੈਨੂੰ ਛੱਡ ਕੇ ਨੀ ਜਾਣਾ। ਉਹ ਦੇਣਾ ਬੇਬੇ ਨੂੰ ਨਾਨਕੀ ਹੋਰ, ਸੋਹਣੀਏ ਨੀ ਤੈਨੂੰ ਛੱਡ ਕੇ ਨੀ ਜਾਣਾ।